तेरे जेड़े सहुरे आ जां तेरे पेके उन्हां नूं सुनेहा लाईए कोई उन्हां दा नंबर नंबर है तेरे कोले कोई सहुरा भी है नहीं सहुरे आए ही नहीं कल्ला कल्ला है यही तो मर गया कोई नहीं मेरी मां तू किवें इन्ना औखा टाइम कढ़दी है मां ता जाके मैनूं घरे घल दिओ उत्थे मेरी सेवा करनगे तो मैं उत्थे पैरां करांगी वक्त ने मां तेनूं किथे लिया के बचाता मां मां तेनूं अफसोस नहीं तेरे पंज बच्चे सी पंज बच्चे मुंडे सी कुड़ियां सी दो कुड़ियां ते चार मुंडे छे बच्चे सीगे ते पंज पंज दो कुड़ियां सी ते तीन मुंडे सी घर वाले दा की नाम सी बेबे अमर सिंह अमर सिंह वधिया बंदा सी बेबे कि शराब शरूब पींदा सी बाली नहीं का उन्नी नहीं सी पींदा अच्छा तेरी बेबे मान लो दराणियां सराणियां ने किसी ना नहीं बनी कोई नहीं कल्ला कल्ला ही सी कल्ला कल्ला ही सी तो फिर घर कोर किथे गया मां घर उठे ही सी ते ओना ने घर भी नहीं सी हैगा ये ना सारे मेरे ने ना कागज नहीं सी रखे तो ओना ने अपना थां ले लिया किन्ना ने जिन्ना के विच जिथे रहंदे सी जट्टां दे कोल ऐसा किसी जट्टां दे घरे रहंदे सीगे हां जी तो ओना ने फिर लिया ब्याह के तू उठे ही आई सी जट्टां दे घरे हां जी जिन्ना दे घरे काम करदा सी सारा ਘਰਵਾਲਾ ਵੀ ਉੱਥੇ ਕੰਮ ਕਰਦਾ ਇਤਰਾ ਬੇਬੇ ਅਮਰ ਸਿੰਘ ਵੀ ਹਾਂਜੀ ਉਹ ਵੀ ਉੱਥੇ ਕਰਦਾ ਤੇ ਬੱਚੇ ਵੀ ਉੱਥੇ ਪੈਦਾ ਹੋਏ ਹਾਂਜੀ ਤੇ ਪੰਜੇ ਬੱਚਿਆਂ ਦੀ ਮੌਤ ਦਾ ਕਾਰਨ ਕੀ ਸੀ ਬਿਮਾਰ ਬਮੂਰ ਹੋ ਜਾਂਦੇ ਸੀ ਕੀ ਗੱਲ ਹੋ ਜਾਂਦੀ ਸੀ ਮਾਂ ਨਹੀਂ ਹੁੰਦੇ ਹੀ ਜਦੋਂ ਹੁੰਦੇ ਸੀ ਅਸਾਂ ਜੰਮਦੇ ਹੀ ਮਰ ਜਾਂਦੇ ਸੀ ਕੋਈ ਵੱਡਾ ਹੋਇਆ ਸੀ ਕੋਈ ਕੋਈ ਵੀ ਨਹੀਂ ਵੱਡਾ ਹੋਇਆ ਜੰਮਦਿਆਂ ਦੀ ਮੌਤ ਹੋ ਜਾਂਦੀ ਸੀ ਹੈ ਬੇਬੇ ਅਸੀਂ ਲੁਧਿਆਣੇ ਤੋਂ ਆਏ ਤੈਨੂੰ ਲੈਣ ਅੱਛਾ ਉੱਥੇ ਇੱਕ ਸੁਪਨਿਆਂ ਦਾ ਘਰ ਬਣਾਇਆ ਮਾਂ ਬਜ਼ੁਰਗਾਂ ਵਾਸਤੇ ਅੱਛਾ ਤੈਨੂੰ ਵਧੀਆ ਮਹਾਰਾਜ ਕਿਰਪਾ ਕਰਨ ਵਧੀਆ ਸੋਹਣੇ ਕੱਪੜੇ ਵਧੀਆ ਸੋਹਣਾ ਬਿਸਤਰਾ ਰੋਟੀ ਪਾਣੀ ਰੋਜ਼ ਨਮਾਇਆ ਕਰਨਗੇ ਅੱਛਾ ਬਰਫੀ ਗੁਲਾਬ ਜਾਮਣਾ ਰਸਗੁੱਲੇ ਸਾਰਾ ਕੁਝ ਮਿਲਿਆ ਕਰੂ ਮਾਂ ਅੱਛਾ ਹੁਣ ਚੱਲੇ ਹੋ ਲੈ ਹਾਂ ਹੁਣ ਤੈਨੂੰ ਲੈਣ ਆਏ ਅਸੀਂ ਚੱਲੇ ਆ ਲੈ ਕੇ ਤੈਨੂੰ ਚਲੋ ਤੁਹਾਡਾ ਭਲਾ ਹੋਵੇ ਮੈਨੂੰ ਘੋਟੀ ਚਾਹ ਪਿਆ ਦਿਓ ਚਾਹ ਪਲਾਈਏ ਘੁੱਟ ਪਹਿਲਾਂ ਹਾਂ ਤਾਂ ਵੀ ਇਸ ਤਰ੍ਹਾਂ ਆਪਣੇ ਕਹਿ ਕੇ ਚਾਹ ਪੰਜ ਸੱਤ ਕੈਪ ਕਹਿ ਰਹੇ ਪੈਣੇ ਅਸੀਂ ਵੀ ਪੀ ਲਾਂਗੇ ਅਸੀਂ ਸਵੇਰ ਦੇ ਨਿਕਲੇ ਹੋਏ ਆ ਆ ਬਿਸਤਰੇ ਦਾ ਕੀ ਕਰ ਕੋਈ ਨਾ ਬਿਸਤਰਾ ਨਹੀਂ ਨਵਾਂ ਦਿੱਤਾ ਮੈਂ ਕੰਬਲ ਮੈਂ ਰੱਖਿਆ ਲਿਆ ਕੇ ਬੇਬੇ ਨਵਾਂ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਅਜੇ ਇੱਕ ਮਾਤਾ ਨੂੰ ਮਿਲਾਉਂਦੇ ਆ ਅੱਖਾਂ ਤੋਂ ਅੰਨੀ ਇਹ ਮਾਂ ਕਿ ਮੈਂ ਸੜਕਾਂ ਤੇ ਘੁੰਮਦੀ ਆ ਮਾਂ ਸਤਿ ਸ੍ਰੀ ਅਕਾਲ ਕੀ ਚਾਹੀਦਾ ਬੇਬੇ ਠੀਕ ਆ ਆਪਾਂ ਆ ਕੀ ਪਾਣੀ ਮੰਗਦਾ ਹੀ ਪਹਿਲਾਂ ਪਾਣੀ ਮੰਗਦੇ ਤੇ ਮੈਨੂੰ ਨਾ ਉੱਥੇ ਕਿਤੇ ਆ ਜਿੱਥੇ ਸੇਵਾ ਕਰਦੇ ਨੇ ਨਾ ਉੱਥੇ ਮੈਨੂੰ ਕਿਤੇ ਘੱਲ ਦਿਓ ਤੁਹਾਡਾ ਭਲਾ ਹੋ ਜਾਏਗਾ ਨਹੀਂ ਮਾਂ ਤੁਸੀਂ ਇੱਥੇ ਕਿੱਥੇ ਰਹਿੰਦੇ ਹੋ ਹਾਂ ਗਲੀ ਚ ਕਾਰਖਾਨੇ ਵਾਲੀ ਚ ਕੀ ਉੱਥੇ ਕਿੱਥੇ ਰਹਿੰਦੇ ਹੋ ਕਮਰਾ ਵਾ ਤੁਹਾਡਾ ਨਾ ਮੈਂ ਤੇ ਉੱਥੇ ਗਲੀ ਦੇ ਵਿੱਚ ਸੌਂਦੀ ਹਾਂ ਸੜਕ ਤੇ ਸੌਂਦੇ ਆ ਹਾਂ ਸੜਕ ਤੇ ਕੀ ਨਾਮ ਆ ਤੇਰਾ ਕੁਲਵੰਤ ਕੌਰ ਕੁਲਵੰਤ ਕੌਰ ਤੂੰ ਇੱਥੇ ਕਿਵੇਂ ਆ ਗਈ ਸੜਕ ਤੇ ਮੈਨੂੰ ਛੱਡ ਕੇ ਗਏ ਕੌਣ ਛੱਡ ਗਏ ਹਾਂ ਭਈਆ ਕੋਈ ਛੱਡ ਗਿਆ ਨਹੀਂ ਤੁਹਾਡੇ ਧੀਆਂ ਪੁੱਤ ਤੁਹਾਨੂੰ ਦਿਖਦਾ ਵੀ ਨਹੀਂਗਾ ਨਾ ਦਿਖਦਾ ਬਾਹਰ ਤੁਹਾਡਾ ਕਾਲਾ ਕੱਪੜਾ ਦਿਖਣ ਦਿਆ ਬਸ ਹੋਰ ਨਹੀਂ ਕੋਈ ਦਿੰਦਾ ਨੈਣ ਨਕਸ਼ ਚਿਹਰਾ ਮੋੜਾ ਨਹੀਂ ਦਿੰਦਾ ਨਾ ਨਾ ਆ ਗੱਲ ਤੂੰ ਤਾਂ ਅੱਛਾ ਦੂਜਾ ਮੈਂ ਕਿੱਥੇ ਤੇ ਮਾਤਾ ਤੁਹਾਡਾ ਵਿਆਹ ਨਹੀਂ ਹੋਇਆ ਸੀ ਵਿਆਹ ਤਾਂ ਹੋਇਆ ਸੀ ਤੇ ਲਾਦ ਜਿਹੜੀ ਮਰ ਗਈ ਮਰ ਗਈ ਲਾਦ ਹਾਂ ਕਿੰਨੇ ਬੱਚੇ ਸੀ ਮਾਂ ਤੇਰੇ ਪੰਜ ਇੱਥੇ ਮਾਂ ਮੰਦਿਰ ਦੇ ਮੂਹਰੇ ਤੈਨੂੰ ਛੱਡ ਗਿਆ ਕੋਈ ਆ ਕੇ ਹਾਂ ਤੇ ਕਿੰਨੇ ਟਾਈਮ ਤੋਂ ਮਾਂ ਇੱਥੇ ਮੰਦਿਰ ਦੇ ਮੂਹਰੇ ਰਹਿੰਦੇ ਹੋ ਇਹ ਮੈਂ ਰਹਿਣੀ ਆ 1.5 ਸਾਲ ਹੋ ਗਿਆ ਇੱਥੇ ਸੜਕ ਤੇ ਸੌਂਦੀ ਆ ਹਾਂ ਵਾਲ ਬੂਲ ਵੀ ਮਾਂ ਕੱਟੇ ਪਏ ਤੇਰੇ ਵਾਲ ਵੀ ਕੱਟੇ ਸੀ ਜੂਆਂ ਪੈ ਗਈਆਂ ਵਾਲ ਤੇ ਕੱਟ ਕੜੇ ਸੀ ਮੁੰਡਿਆਂ ਨੇ ਇੱਥੇ ਜੂਆਂ ਪੈ ਗਈਆਂ ਸੀ ਹਾਂ ਹਾਂ ਅੱਛਾ ਜਾਨਵਰ ਮਤਲਬ ਭਾਈ ਭਾਈ ਮੁੜ ਕੇ ਤੁਸੀਂ ਭਾਈ ਸਤਿ ਸ੍ਰੀ ਅਕਾਲ ਤੁਹਾਡਾ ਤੁਹਾਡਾ ਕੀ ਨਾਮ ਸਰਜੀਤ ਸਿੰਘ ਨਾਮ ਭਾਈ ਮੇਰਾ ਸਰਜੀਤ ਸਿੰਘ ਭਾਈ ਕੀ ਹੋ ਗਿਆ ਸਿਰ 'ਚ ਭਾਈ ਜਾਨਵਰ ਪੈ ਗਈ ਸਿਰ 'ਚ ਤੇ ਕੋਈ ਵੀ ਦੇਖਭਾਲ ਨਹੀਂ ਕਰਦਾ ਸੀ ਤੇ ਮੈਂ ਤੇ ਇੱਕ ਮੇਰਾ ਯਾਰ ਸੀ ਲੱਕੀ ਹਾਂ ਤੇ ਉਹਨਾਂ ਨੇ ਆਪਾਂ ਨਾਈ ਕੋ ਕਰਾਈ ਸੀ ਟਿੰਡ ਮਾਤਾ ਦੇ ਅੱਛਾ ਟਿੰਡ ਕਿਹੜਾ ਮੋਟੇ ਜਾਨਵਰ ਪੈ ਗਏ ਸੀ ਭਾਜੀ ਅੱਛਾ ਟਿੰਡ ਦੇ ਮੋਟੇ ਭਾਈ ਕਿੱਧਰ ਪੈ ਗਏ ਕਿੱਧਰ ਪੈ ਗਏ ਸੀ ਭਾਜੀ ਉਹ ਕਢਾਏ ਨਾਈ ਕੋ ਭਾਈ ਹੱਥ ਜਾਂਦਾ ਸੀ ਆਪਾਂ ਇੱਧਰ ਇੱਕ ਵਾਰ ਲਿਆਏ ਹਾਂ ਨਾਈ ਨੂੰ ਦਿੱਤੇ ਵੀ ਖਾਇਆ ਕੰਮ ਖਰਾਬ ਹੋ ਗਿਆ ਉਹ ਮਹੀਨਾ ਹੋ ਗਿਆ ਭਾਜੀ ਬੈਠਾ ਦੇਖੋ ਜੀ ਇਹ ਕੁਲਵੰਤ ਕੌਰ ਮਾਤਾ ਕੁਲਵੰਤ ਕੌਰ ਵਿਚਾਰੀ ਅੱਜ ਹਾਲਾਤਾਂ ਨੇ ਗੰਜੀ ਕਰਤੀ ਕੁਲਵੰਤ ਕੌਰ ਦਾ ਵਿਆਹ ਹੋਇਆ ਸੀ ਬੇਬੇ ਤੁਹਾਡਾ ਗੋਤ ਕੀ ਆ ਗੋਤਰੇ ਹੈ ਤੰਗੋਤਰੇ ਗੋਤਰੇ ਹਾਂ ਗਲੋਤਰੇ ਗਲੋਤਰੇ ਹਾਂ ਗਲੋਤਰੇ ਤੇ ਜਲਾਹੇ ਆ ਸੀ ਅੱਛਾ ਜਲਾਹਾ ਜਲਾਹੇ ਪਰਿਵਾਰ ਤੋਂ ਆ ਹਾਂ ਪ੍ਰੀ ਭਗਤ ਕਬੀਰ ਭਗਤ ਕਬੀਰ ਜੀ ਦੇ ਪਰਿਵਾਰ ਚੋਂ ਆ ਹਾਂ ਤੇ ਮਾਂ ਤੇਰਾ ਵਿਆਹ ਕਿੱਥੇ ਹੋਇਆ ਸੀ ਪੇਕੇ ਸਹੁਰੇ ਕਿੱਥੇ ਤੇਰੇ ਸਹੁਰੇ ਮੇਰੇ ਹੈਗੇ ਆ ਜੰਡ
ਜੰਡ ਜਨਾਹਾ ਜੰਡ ਇੱਧਰ ਨਹੀਂ ਉੱਧਰ ਹੀ ਹੈ ਦਸੂਏ ਵੱਲ ਜੰਡ ਦਸੂਏ ਵੱਲ ਆ ਮਕੇਰੀਆਂ ਵੱਲ ਪੈਂਦਾ ਅੱਛਾ ਤੇ ਪਿੰਡ ਕਿਹੜਾ ਸੀ ਤੇਰਾ ਸਹੁਰੇ ਪੇਕੇ ਕਿੱਥੇ ਸੀ ਤੇਰੇ ਪੇਕੇ ਪੇਕੇ ਮੇਰੇ ਹੈਗੇ ਸੀ ਢੋਗੜੀ ਹੈ ਢੋਗੜੀ 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 ਕਿੱਥੇ ਪੈਂਦਾ ਜੀ ਰਾਪੁਰ ਬੱਲਾਂ ਨੂੰ ਰਾਪੁਰ ਬੱਲਾਂ ਕੋਲੇ ਤੇ ਮੈਂ ਉੱਥੇ ਕੋਈ ਸੰਭਾਲਦਾ ਨਹੀਂ ਤੈਨੂੰ ਤੇਰੇ ਭਰਾ ਭੈਣਾਂ ਕੋਈ ਨਹੀਂ ਭੈਣ ਮਰ ਗਈ ਭਰਾ ਦੋ ਦਿਨ ਰਹੀ ਸਾਂ ਆਖਣ ਲੱਗੀ ਸਾਡੇ ਕੋਲ ਰੋਟੀ ਨਹੀਂ ਹੈਗੀ ਫਿਰ ਮੈਂ ਚੁੱਪ ਕਰਕੇ ਗੁੱਸਾ ਚੁੱਕ ਕੇ ਤੇ ਮੈਂ ਫਿਰ ਆ ਗਈ ਤੇ ਮੈਂ ਦਰਿਆ ਦੇ ਵਿੱਚ ਡੁੱਬੀ ਮੈਂ ਕਿਹਾ ਮਣਾ ਮੈਂ ਕੀ ਕਰਨਾ ਜਦੋਂ ਮੈਨੂੰ ਕੋਈ ਵੀ ਨਹੀਂ ਚੱਲਦਾ ਤੇ ਫਿਰ ਇੱਕ ਜੱਟ ਆਇਆ ਤਾਂ ਆਂਦਾ ਭਾਈ ਤੂੰ ਵੀ ਕਰਨ ਡਈ ਹੈ ਤੂੰ ਵੀ ਆਪਣੀ ਮੌਤ ਗਵਾਉਣੀ ਹੈ ਫਿਰ ਮੈਂ ਚੁੱਕਿਆ ਝੋਲਾ ਤੇ ਮੈਂ ਫਿਰ ਰਾਪੁਰ ਬੱਲਾਂ ਉੱਥੇ ਲੰਗਰ ਖਾਂਦਾ ਬਾਬਿਆਂ ਦੇ ਤੇ ਫਿਰ ਮੈਂ ਇੱਧਰ ਨੂੰ ਆ ਗਈ ਇੱਧਰ ਨੂੰ ਕਿੱਧਰ ਨੂੰ ਆ ਗਈ ਬੇਬੇ ਇੱਧਰ ਜਲੰਧਰ ਨਾਲ ਤੁਸੀਂ ਕਹਿੰਦੇ ਇੱਥੇ ਤੁਹਾਨੂੰ ਕੋਈ ਛੱਡ ਕੇ ਗਿਆ ਛੱਡ ਕੇ ਫਿਰ ਛੱਡ ਕੇ ਗਿਆ ਸੀ ਨਾ ਤੇ ਤੁਸੀਂ ਕਿਹੇ ਤੋਂ ਮਦਦ ਲਈ ਤੁਹਾਨੂੰ ਦੇਖਦਾ ਕਿੰਨੇ ਕੁ ਟਾਈਮ ਤੋਂ ਨਹੀਂ ਮਾਂ ਮੈਨੂੰ ਹੋ ਗਿਆ 5 ਮਹੀਨੇ ਹੋ ਗਏ ਆ ਦਿਖਾਈ ਮਾਂ ਅੱਖ ਚ ਵੀ ਚਿੱਟਾ ਮੋਤੀ ਉਤਰਿਆ ਹੋਇਆ ਮਾਂ ਆ ਖੋਲੀ ਅੱਖ ਖੋਲੀ ਅੱਖ ਮਾਂ ਦੋਨੇ ਅੱਖਾਂ ਦੇ ਵਿੱਚ ਤੇਰੇ ਮੋਤੀ ਉਤਰਿਆ ਪਿਆ ਵਾ ਚਿੱਟਾ ਮੋਤੀ ਹਾਂ ਤੇ ਕਲਵੰਤ ਤੇਰੇ ਮਾਂ ਭਜਨਵਾ ਤੇਰਾ ਨਾ ਛੋਟਾ ਛੋਟਾ ਨਾ ਭਜਨਵਾ ਸੀ ਭਜਨੋ ਛੋਟੇ ਛੋਟੇ ਮਰ ਗਏ ਸੀ ਕਿੰਨੇ ਕਿੰਨੇ ਟਾਈਮ ਦੇ ਸੀ ਕੋਈ 5 ਸਾਲਾਂ ਦਾ ਕੋਈ 2 ਸਾਲਾਂ ਦਾ ਕੋਈ 3 ਸਾਲਾਂ ਦਾ ਸੀ ਕਿਵੇਂ ਕੋਈ ਬਿਮਾਰੀ ਪੈ ਜਾਂਦੀ ਸੀ ਕੀ ਹੋਇਆ ਸੀਗਾ ਪਤਾ ਨੀ ਰੱਬ ਜਾਣੇ ਕੀ ਸੀ ਤੇ ਕੀ ਉੱਥੇ ਸਾਡੇ ਘਰ ਸੀ ਅੱਗੇ ਇਸ ਤਰ੍ਹਾਂ ਹੀ ਸੀ ਤੇ ਘਰ ਵਾਲਾ ਤੇਰੇ ਕਿਵੇਂ ਮਰ ਗਿਆ ਬੇਬੇ ਉਹਦੇ ਫੋੜਾ ਨਿਕਲਿਆ ਸੀ ਕਿੱਥੇ ਲੱਤ ਤੇ ਬੱਟ ਤੇ ਹੈ ਸਤਿ ਸ਼੍ਰੀ ਅਕਾਲ ਭੈਣੇ ਤੁਸੀਂ ਸਾਨੂੰ ਵੀਡੀਓ ਭੇਜੀ ਸੀ ਹਾਂਜੀ ਇਹਨਾਂ ਨੇ ਪਾਇਆ ਸੀ ਜੀ ਫੋਨ ਹਾਂਜੀ ਤੁਸੀਂ ਦੇਖੋ ਇੱਥੇ ਹੈਗੇ ਆ ਅੱਛਾ ਤੁਸੀਂ ਸਾਡੀ ਟੀਮ ਦੇ ਮੈਂਬਰ ਹੋ ਠੀਕ ਆ ਥੈਂਕ ਯੂ ਬ੍ਰਦਰ ਕੀ ਨਾਮ ਤੁਹਾਡਾ ਗੁਰਪ੍ਰੀਤ ਵੀਰਾ ਇਹ ਗੁਰਪ੍ਰੀਤ ਵੀਰੇ ਹੁਣੀ ਸਾਡੀ ਟੀਮ ਦੇ ਮੈਂਬਰ ਨੇ ਜੀ ਇੱਥੇ ਜਲੰਧਰ ਤੋਂ ਤੇ ਜਦੋਂ ਮਾਤਾ ਜੀ ਦੀ ਵੀਡੀਓ ਭੇਜੀ ਇੱਕ ਭੈਣ ਨੇ ਭੇਜੀ ਸੀ ਇਹ ਦੇਵੀ ਤਲਾਬ ਮੰਦਿਰ ਆ ਜੀ ਜਲੰਧਰ ਖੜੇ ਹਾਂ ਅਸੀਂ ਅੱਜ ਸੌਰੀ ਤੁਹਾਨੂੰ ਜਾਣਕਾਰੀ ਨਹੀਂ ਦੇ ਸਕੇ ਇਹ ਕਿਹੜਾ ਰੋਡ ਵੱਜਦਾ ਜੀ ਟਾਂਡਾ ਰੋਡ ਆ ਜੀ ਇਹ ਇਹ ਦੇਵੀ ਤਲਾਬ ਮੰਦਿਰ ਆ ਨਾ ਇੱਥੇ ਗਊਸ਼ਾਲਾ ਬਹੁਤ ਵੱਡੀ ਹੈ ਨਾ ਤੇ ਇੱਥੇ ਨਾ ਐਡੀ ਵੱਡੀ ਗਊਸ਼ਾਲਾ ਵੀ ਮੈਨੂੰ ਲੱਗਦਾ ਵੀ ਲੱਖਾਂ ਦਾ ਤਾਂ ਰੋਜ਼ ਲੋਕ ਗਾਵਾਂ ਨੂੰ ਪੱਠੇ ਪਾ ਦਿੰਦੇ ਆ ਲੋਹੇ ਦਾ ਵੀ ਕਾਰੋਬਾਰ ਬਾਈ ਕਹਿੰਦਾ ਇੱਥੇ ਬਹੁਤ ਤਕੜਾ ਤੇ ਪਰ ਇੱਥੇ ਲੋਹੇ ਦੇ ਕਾਰੋਬਾਰ ਦੇ ਤੇ ਗਾਵਾਂ ਦੇ ਸੇਵਾਦਾਰਾਂ ਦੇ ਵਿੱਚ ਇੱਕ ਮਾਂ ਅੱਖਾਂ ਤੋਂ ਅੰਨੀ ਹੋਈ ਬੈਠੀ ਆ 1.5 ਸਾਲ ਤੋਂ ਇਹ ਸੜਕ ਤੇ ਇੱਥੇ ਸੌਂਦੀ ਆ ਆ ਜਾ ਮਾਂ ਤੇ ਆ ਗੰਦਾ ਪਾਣੀ ਦੇਖੋ ਮਾਂ ਦੀ ਬੋਤਲ ਦੇ ਵਿੱਚ ਨਾ ਪਾਣੀ ਐਂ ਲੱਗਦਾ ਜਿਵੇਂ ਕੋਈ ਹੋਰ ਚੀਜ਼ ਪਾਈ ਹੋਵੇ ਕੋਈ ਲਿਕਵਿਡ ਰੰਗ ਉਹਦਾ ਦੇਖੋ ਕਿੰਨਾ ਗੰਦਾ ਇਹ ਮਾਂ ਕਿੱਥੇ ਭਰਿਆ ਈ ਪਾਣੀ ਉਹਨਾਂ ਨੇ ਕਿਸੇ ਨੇ ਲਿਆ ਕੇ ਦਿੱਤਾ ਸੀ ਬਾਬੂ ਜੀ ਮੈਨੂੰ ਤਾਂ ਪਤਾ ਨਹੀਂ ਹਾਂ ਤਾਰ ਪੀਣ ਤੇਲ ਵਰਗਾ ਲੱਗਦਾ ਦੇਖੋ ਤੁਸੀਂ ਪਾਣੀ ਹੋਰ ਤਰ੍ਹਾਂ ਦੀ ਏ ਇਹ ਚ ਮਾਂ ਤੁਸੀਂ ਬੋਤਲ ਇੱਥੇ ਚੱਕੀ ਆ ਕਿਤੋਂ ਨਹੀਂ ਬੋਤਲ ਮੇਰੀ ਆਪਣੀ ਸੀ ਇਹਦਾ ਬਾਥਰੂਮ ਕੀਤਾ ਪਿਆ ਗਿਆ ਨੇ ਵਿੱਚ ਆ ਦੇਖੋ ਜੀ ਇੱਥੇ ਲੋਕ ਟਾਇਲਟ ਕਰੀ ਜਾਂਦੇ ਆ ਆ ਦੇਖੋ ਟਾਇਲਟ ਹੀ ਟਾਇਲਟ ਬਾਸ਼ ਇੱਥੇ ਗੰਦ ਤੇ ਆ ਡੰਪ ਕਰਦੇ ਲੋਕ ਕੂੜਾ ਇੱਥੇ ਇੱਥੇ ਕੂੜੇ ਤੇ ਮਾਨ ਪਈ ਆ ਵਿਚਾਰੀ ਗੰਦ ਦੇ ਵਿੱਚ ਤੇ ਆ ਉਹ ਵਾਹਿਗੁਰੂ ਹਾਂ ਇਹ ਗਲੀ ਨੂੰ ਲੋਕ ਵਾਸ਼ਰੂਮ ਬਣਾ ਕੇ ਯੂਜ਼ ਕਰਦੇ ਜਿੱਥੇ ਮਾਂ ਪਈ ਆ ਹਾਂਜੀ ਮੈਂ ਉੱਥੇ ਬਿਸਤਰੇ ਕੋਲੇ ਚੱਲਦੇ ਆ ਤੁਹਾਡੇ ਕੋਲੇ ਨਹੀਂ ਤੇ ਮੈਨੂੰ ਨਾ ਕਿਤੇ ਘੱਲ ਦਿਓ ਕਿਤੇ ਘੱਲ ਦਈਏ ਮਾਂ ਮੈਂ ਇੱਥੇ ਫਿਰ ਐਵੇਂ ਹੀ ਧੱਕੇ ਖਾਂਦੀ ਆ ਭਈ ਜਿੱਥੇ ਸੇਵਾ ਕਰਦੇ ਨੇ ਉੱਥੇ ਘੱਲ ਦਿਓ ਜਰਾ ਕੋਈ ਨਹੀਂ ਮਾਂ ਜਾਂਦਾ ਕੋਈ ਸੇਵਾ ਸੁਵਾ ਨਹੀਂ ਕਰਦਾ ਬੇਬੇ ਹੈ ਨਹੀਂ ਆਂਦੇ ਨੇ ਬਣਿਆ ਨਾ ਜਿਨ੍ਹਾਂ ਦਾ ਕੋਈ ਨਹੀਂ ਤੇ ਉਹਨਾਂ ਨੂੰ ਸਾਂਭਦੇ ਨੇ ਅੱਛਾ ਤੇਰੇ ਤਾਂ ਹੈਗੇ ਆ ਬੇਬੇ ਭਰਾ ਭੈਣਾ ਤੇ ਭਰਾ ਭੈਣ ਭਰਾਵਾਂ ਸਾਂਭਣ ਤਾਂ ਫੇਰ ਹੀ ਹੈ ਨਾ ਜਦੋਂ ਕੋਈ ਲਾਗੇ ਨਹੀਂ ਲੱਗਦਾ ਤਾਂ ਫੇਰ ਕੀ ਕਰਨਾ ਆ ਬਾਂ ਬਿਸਤਰਾ ਆ ਗਿਆ ਤੇਰਾ ਦੇਖੋ ਇੱਥੇ ਬਿਸਤਰੇ ਤੱਕ ਪਹੁੰਚਣ ਲਈ ਵੀ ਮਾਤਾ ਨੂੰ ਪਤਾ ਨਹੀਂ ਕਿੰਨੇ ਲੋਕਾਂ ਦੀ ਮਿਹਨਤ ਕਰਨੀ ਪੈਂਦੀ ਹੋਊਗੀ ਤੇ ਇੱਥੋਂ ਉੱਠ ਕੇ ਮਾਤਾ ਹੁਣ ਸਵੇਰੇ ਸਾਜ ਰਹੇ ਹੋ
ਕਿਵੇਂ ਉੱਥੇ ਗਈ ਦੇਖੋ ਕਿਵੇਂ ਹੱਥ ਮਾਰ ਮਾਰ ਕੇ ਦੇਖਦੀ ਆ ਵਿਚਾਰੀ ਲੱਭਦੀ ਆ ਕੀ ਆ ਕਿੱਧਰ ਨੂੰ ਮੂੰਹ ਆ ਬਿਸਤਰੇ ਦਾ ਤੇ ਬਾਊ ਜੀ ਵੀ ਕਰੋਗੇ ਕੋਈ ਚਾਰਾ ਤੇ ਭਜਨੋ ਬਾਰ ਬਾਰ ਇੱਕੋ ਹੀ ਗੱਲ ਪੁੱਛੀ ਜਾਂਦੀ ਕੋਈ ਕਰੋਗੇ ਕੋਈ ਚਾਰਾ ਇਹ ਬਾਥਰੂਮ ਆ ਇਹਦੇ ਚ ਪਿਸ਼ਾਬ ਪਤਾ ਨੀ ਇਹਨੂੰ ਕਿਸੇ ਨੇ ਜਾਣ ਕੇ ਕਰਕੇ ਦਿੱਤਾ ਜਾਂ ਬੋਤਲ ਬੇਬੇ ਨੇ ਭੁਲੇਖੇ ਨਾਲ ਚੱਕ ਲਈ ਆ ਬੇਬੇ ਦੇ ਸਵਾਦ ਕੀ ਕਹਿਣ ਕਿਸੇ ਚ ਆ ਗਿਆ ਸੀ ਤੁਹਾਨੂੰ ਇਹਦਾ ਪਾਣੀ ਦਾ ਸਵਾਦ ਹੋਰ ਹੀ ਤਰ੍ਹਾਂ ਦਾ ਸੀ ਬੇਬੇ ਕਹਿੰਦੀ ਮੈਨੂੰ ਪਾਣੀ ਦਾ ਸਵਾਦ ਹੋਰ ਹੀ ਤਰ੍ਹਾਂ ਦਾ ਆਇਆ ਤੇ ਆ ਦੇਖੋ ਇਹਦੇ ਚ ਬਾਥਰੂਮ ਵਾਲਾ ਜਿਹੜਾ ਪਾਣੀ ਆ ਮਾਂ ਉਹੀ ਪੀ ਜਾਂਦੀ ਆ ਜਾਂ ਤਾਂ ਇੱਥੇ ਕਿਸੇ ਨੇ ਬੋਤਲ ਸੁੱਟ ਸੁੱਟ ਦਿੱਤੀ ਪਿਸ਼ਾਬ ਕਰਕੇ ਕਿਸੇ ਨੇ ਜਾਂ ਕਿਸੇ ਨੇ ਜਾਣ ਪੁੱਜ ਕੇ ਵੀ ਇਹਦੇ ਨਾਲ ਵਿਚਾਰੀ ਨਾਲ ਕਰਦੇ ਨੇ ਬਾਊ ਜੀ ਬਹੁਤ ਹੈਗੇ ਨੇ ਔਖੇ ਨੇ ਬੇਬੇ ਦੇ ਦਿਨ ਲੋਕ ਦੁਰਾਚਾਰ ਵੀ ਕਰਦੇ ਆ ਹੈ ਬੇਬੇ ਕੰਬਲ ਲਿਆ ਚੱਕ ਸੋ ਲੋਕ ਇੱਥੇ ਕੋਈ ਗਲਤ ਵੀ ਕਰਦੇ ਆ ਇੱਕ ਦਿਨ ਆ ਗਿਆ ਸੀ ਹਾਂ ਤੇ ਫਿਰ ਉਹ ਨਾ ਇੱਥੇ ਲੰਮਾ ਪੈ ਗਿਆ ਹਾਂ ਕਹਿੰਦਾ ਮੈਂ ਇੱਥੇ ਹੀ ਪੈਣਾ ਮੈਂ ਉਹਨੂੰ ਐਸਾ ਤੱਕ ਐਸਾ ਕਰਕੇ ਠਾਲਿਆ ਮੈਨੂੰ ਉਹਨੇ ਧੱਕਾ ਮਾਰਿਆ ਲੱਕ ਮੇਰਾ ਉਦਣ ਦਾ ਨਹੀਂ ਉੱਠਦਾ ਆ ਮਾੜਾ ਮਾੜਾ ਉੱਠ ਕੇ ਫੜ ਕੇ ਤੇ ਫਿਰ ਗਈ ਮੈਂ ਉਦਣ ਦਾ ਲੱਕ ਦੁਖਣ ਲੱਗ ਗਿਆ ਹਾਂਜੀ ਤੇ ਮੈਂ ਕਿਹਾ ਮੈਨੂੰ ਕਿਤੇ ਨਾ ਕਿਤੇ ਪਾ ਦਿਓ ਜਿੱਥੇ ਪਈ ਹੋਈ ਕੋਈ ਰੋਟੀ ਪਾਣੀ ਕੁਛ ਲੈਗਾ ਜਿੱਥੇ ਕਿਤੇ ਰੋਟੀ ਪਾਣੀ ਮਿਲਦਾ ਹੋ ਜਾਵੇ ਹੈ ਠੀਕ ਆ ਮਾਂ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਮਾਂ ਉੱਥੇ ਤੇ ਮੇਰੀ ਮਾਂ ਤੂੰ ਮੈਨੂੰ ਇਹ ਦੱਸ ਤੇਰੇ ਜਿਹੜੇ ਸਹੁਰੇ ਆ ਜਾਂ ਤੇਰੇ ਪੇਕੇ ਉਹਨਾਂ ਨੂੰ ਸੁਨੇਹਾ ਲਾਈਏ ਕੋਈ ਉਹਨਾਂ ਦਾ ਨੰਬਰ ਨੰਬਰ ਹੈ ਤੇਰੇ ਕੋਲ ਕੋਈ ਸਹੁਰਾ ਵੀ ਹੈ ਨਹੀਂ ਸਹੁਰੇ ਆ ਹੀ ਨਹੀਂ ਕੱਲਾ ਕੱਲਾ ਆ ਗਿਆ ਹੀ ਤੇ ਮਰ ਗਿਆ ਕੋਈ ਨਹੀਂ ਮੇਰੀ ਮਾਂ ਤੂੰ ਕਿਵੇਂ ਇੰਨਾ ਔਖਾ ਟਾਈਮ ਕੱਢਦੀ ਆ ਮਾਂ ਤਾਂ ਜਾ ਕੇ ਮੈਨੂੰ ਕਰੇ ਕਾਲ ਦਿਓ ਉੱਥੇ ਮੇਰੀ ਸੇਵਾ ਕਰਨਗੇ ਤੇ ਮੈਂ ਉੱਤੇ ਪੈਰਾਂ ਕਰਾਂਗੀ ਵਕਤ ਨੇ ਮਾਂ ਤੈਨੂੰ ਕਿੱਥੇ ਲਿਆ ਕੇ ਪਹੁੰਚਾਤਾ ਮਾਂ ਮਾਂ ਤੈਨੂੰ ਅਫਸੋਸ ਨਹੀਂ ਤੇਰੇ ਪੰਜ ਬੱਚੇ ਸੀ ਪੰਜ ਬੱਚੇ ਮੁੰਡੇ ਸੀ ਕੁੜੀਆਂ ਸੀ ਦੋ ਕੁੜੀਆਂ ਤੇ ਚਾਰ ਮੁੰਡੇ ਛੇ ਬੱਚੇ ਸੀਗੇ ਤੇ ਪੰਜ ਪੰਜ ਦੋ ਕੁੜੀਆਂ ਸੀ ਤੇ ਤਿੰਨ ਮੁੰਡੇ ਸੀ ਘਰ ਵਾਲੇ ਦਾ ਕੀ ਨਾਂ ਸੀ ਬੇਬੇ ਅਮਰ ਸਿੰਘ ਅਮਰ ਸਿੰਘ ਵਧੀਆ ਬੰਦਾ ਸੀ ਬੇਬੇ ਕਿ ਸ਼ਰਾਬ ਸ਼ਰੂ ਪੀਂਦਾ ਸੀ ਬਾਲੀ ਨਹੀਂ ਕਿ ਉੰਨੀ ਨਹੀਂ ਸੀ ਪੀਂਦਾ ਅੱਛਾ ਤੇ ਤੇਰੀ ਬੇਬੇ ਮੰਨ ਲਓ ਦਰਾਣੀਆਂ ਜਠਾਣੀਆਂ ਨੇ ਕਿਸੇ ਨਾਲ ਨਹੀਂ ਬਣੀ ਕੋਈ ਨਹੀਂ ਕੱਲਾ ਕੱਲਾ ਹੀ ਸੀ ਕੱਲਾ ਕੱਲਾ ਹੀ ਸੀ ਤੇ ਫਿਰ ਘਰ ਕੋਰ ਕਿੱਥੇ ਗਿਆ ਮੈਂ ਘਰ ਉੱਥੇ ਹੀ ਸੀ ਤੇ ਉਹਨਾਂ ਨੇ ਘਰ ਵੀ ਨਹੀਂ ਸੀ ਹੈਗਾ ਇਹ ਨਾ ਸਹੁਰੇ ਮੇਰੇ ਨੇ ਨਾ ਕਾਗਜ਼ ਨਹੀਂ ਸੀ ਰੱਖੇ ਤੇ ਉਹਨਾਂ ਨੇ ਆਪਣਾ ਥਾਂ ਲੈ ਲਿਆ ਕਿਹਨਾਂ ਨੇ ਜਿਨ੍ਹਾਂ ਦੇ ਵਿੱਚ ਜਿੱਥੇ ਰਹਿੰਦੇ ਸੀ ਜੱਟਾਂ ਦੇ ਕੋਲ ਅਸਾ ਕਿਸੇ ਜੱਟਾਂ ਦੇ ਘਰੇ ਰਹਿੰਦੇ ਸੀਗੇ ਹਾਂਜੀ ਤੇ ਉਹਨਾਂ ਨੇ ਫਿਰ ਲੈ ਵਿਆਹ ਕੇ ਤੂੰ ਉੱਥੇ ਹੀ ਆਈ ਸੀ ਜੱਟਾਂ ਦੇ ਘਰੇ ਹਾਂਜੀ ਜਿਨ੍ਹਾਂ ਦੇ ਘਰੇ ਕੰਮ ਕਰਦਾ ਸੀ ਸਹੁਰਾ ਘਰ ਵਾਲਾ ਵੀ ਉੱਥੇ ਕੰਮ ਕਰਦਾ ਸੀ ਤੇਰਾ ਬੇਬੇ ਅਮਰ ਸਿੰਘ ਵੀ ਹਾਂਜੀ ਉਹ ਵੀ ਉੱਥੇ ਕਰਦੇ ਤੇ ਬੱਚੇ ਵੀ ਉੱਥੇ ਪੈਦਾ ਹੋਏ ਹਾਂਜੀ ਤੇ ਪੰਜੇ ਬੱਚਿਆਂ ਦੀ ਮੌਤ ਦਾ ਕਾਰਨ ਕੀ ਸੀ ਬਿਮਾਰ ਬਿਮੂਰ ਹੋ ਜਾਂਦੇ ਸੀ ਕੀ ਗੱਲ ਹੋ ਜਾਂਦੀ ਸੀ ਮਾਂ ਨਹੀਂ ਹੁੰਦੇ ਹੀ ਜਦੋਂ ਹੁੰਦੇ ਸੀ ਅਸਾ ਜੰਮਦੇ ਹੀ ਮਰ ਜਾਂਦੇ ਸੀ ਕੋਈ ਵੱਡਾ ਹੋਇਆ ਸੀ ਕੋਈ ਕੋਈ ਵੀ ਨਹੀਂ ਵੱਡਾ ਹੋਇਆ ਜੰਮਦਿਆਂ ਦੀ ਮੌਤ ਹੋ ਜਾਂਦੀ ਸੀ ਹੈ ਬੇਬੇ ਅਸੀਂ ਲੁਧਿਆਣੇ ਤੋਂ ਆਏ ਤੈਨੂੰ ਲੈਣ ਅੱਛਾ ਉੱਥੇ ਇੱਕ ਸੁਪਨਿਆਂ ਦਾ ਘਰ ਬਣਾਇਆ ਮਾਂ ਬਜ਼ੁਰਗਾਂ ਵਾਸਤੇ ਅੱਛਾ ਤੈਨੂੰ ਵਧੀਆ ਮਹਾਰਾਜ ਕਿਰਪਾ ਕਰਨ ਵਧੀਆ ਸੋਹਣੇ ਕੱਪੜੇ ਵਧੀਆ ਸੋਹਣਾ ਬਿਸਤਰਾ ਰੋਟੀ ਪਾਣੀ ਰੋਜ਼ ਨਮਾਇਆ ਕਰਨਗੇ ਅੱਛਾ ਬਰਫੀ ਗੁਲਾਬ ਜਾਮਣਾ ਰਸਗੁੱਲੇ ਸਾਰਾ ਕੁਝ ਮਿਲਿਆ ਕਰੂ ਮਾਂ ਅੱਛਾ ਹੁਣ ਚੱਲੇ ਹੋ ਲੈ ਹਾਂ ਹੁਣ ਤੈਨੂੰ ਲੈਣ ਆਏ ਅਸੀਂ ਚੱਲਿਆਂ ਲੈ ਕੇ ਤੈਨੂੰ ਚਲੋ ਤੁਹਾਡਾ ਭਲਾ ਹੋਵੇ ਮੈਨੂੰ ਘੋਟੀ ਚਾਹ ਪਿਆ ਦਿਓ ਚਾਹ ਪਲਾਈਏ ਘੁੱਟ ਪਹਿਲਾਂ ਹਾਂ ਤਾਂ ਵੀ ਇਸ ਤਰ੍ਹਾਂ ਆ ਜਿਹੜਾ ਆ ਜਿਹੜਾ ਪੰਜ ਸੱਤ ਕੱਪ ਕਹਿ ਰਹੇ ਪੈਣੇ ਅਸੀਂ ਵੀ ਪੀ ਲਾਂਗੇ ਅਸੀਂ ਸਵੇਰ ਦੇ ਨਿਕਲੇ ਹੋਏ ਆ ਆ ਵੀ ਤੇਰੇ ਦਾ ਕੀ ਕਰ ਕੋਈ ਨਾ ਕੋਈ ਨਾ ਬਿਸਤਰਾ ਨਹੀਂ ਨਵਾਂ ਦਿੱਤਾ ਮੈਂ ਕੰਬਲ ਮੈਂ ਰੱਖਿਆ ਲਿਆ ਕੇ ਬੇਬੇ ਨਵਾਂ ਅੱਛਾ ਆਪਣੇ ਕੋਲ ਉੱਥੇ ਬੇੜੇ ਬਿਸਤਰੇ ਆ ਮਾਂ ਅੱਛਾ ਭਜਨੋ ਫਿਕਰ ਕਿਉਂ ਕਰਦੀ ਆ ਤੂੰ ਚਲੋ ਕੀ ਕਰਨਾ ਅਸੀਂ ਤੇਰੇ ਪੁੱਤ ਬਣ ਕੇ ਆਏ ਆ ਪੁੱਤ ਇੱਥੇ ਹੀ ਬਰਥਡੇ ਹੀ ਸਾ ਅੱਗੇ ਮਣਾ ਮੈਂ ਕਿੱਥੇ ਧੱਕੇ ਖਾਣ ਦੇ ਹੀ ਆ ਭਾਜੀ ਮੈਂ ਤਾਂ ਔਖਾ ਹੀ ਆ ਕਿਉਂਕਿ ਮਾਮੂ ਕੋਈ ਪੰਜ ਚਾਰ ਤਾਂ ਮੈਂ ਨਹੀਂ ਦੇਖ ਰਿਹਾ ਆ ਰਾਤ ਨੂੰ ਅਮਲੀ ਵਗੈਰਾ ਵੀ ਆਉਂਦੇ ਆ ਤੇ ਦੇਖੀ ਗਏ ਉਦੋਂ ਤਾਂ ਮੈਂ ਤਾਂ ਕੋਈ ਸਿਕਿਉਰਿਟੀ ਆ ਰਹੀ ਹੈ ਅੱਛਾ ਜੀ ਤੇ ਫਿਰ ਉਹਨਾਂ ਨੂੰ ਪੰਜਾਬ ਵੀ ਨਹੀਂ ਦੇਈਦਾ ਉਹ ਬਸ ਇੱਕ ਉੱਥੇ ਆ ਕੇ ਟਿਕਟ ਉਹ ਵੀ ਸਭ ਕੁਝ ਪਾ ਪਿੰਦੇ ਹੁੰਦੇ ਆ
ਮੈਨੂੰ ਧੱਕਿਆ ਮੈਨੂੰ ਧੱਕਾ ਮਾਰਿਆ ਤੇ ਮੇਰੀ ਢੂਈ ਦੁਖੀ ਜਾਂਦੀ ਆ ਉਦਣ ਦੀ ਨਸ਼ੇੜੀ ਬੰਦੇ ਬਹੁਤ ਨੇ ਬਾਈ ਵਾਹਿਗੁਰੂ ਨੇ ਕਰਨੀ ਬਾਈ ਅਸੀਂ ਕੌਣ ਆ ਇਹ ਤਾਂ ਰੱਬ ਆ ਇਹ ਰੱਬ ਆ ਬਾਈ ਰੱਬ ਨੂੰ ਵੀ ਕੋਈ ਮੰਨ ਲਓ ਜਗ੍ਹਾ ਦੇ ਸਕਦਾ ਕੋਈ ਰੱਬ ਤਾਂ ਖੁਦ ਹੀ ਆਪ ਇਹਨੇ ਸਾਨੂੰ ਤਾਰਨਾ ਮਾਂ ਨੇ ਇਹਦੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਸਾਨੂੰ ਬਿਲਕੁਲ ਬਿਲਕੁਲ ਮਾਂ ਫਿਕਰ ਨਾ ਕਰ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਮਾਂ ਤੇ ਜਿਹੜਾ ਮੁੰਡਾ ਤੇਰੇ ਕੋਲੇ ਭੇਜਿਆ ਸੀ ਨਾ ਅਸੀਂ ਉਹਦਾ ਨਾਂ ਵੀ ਗੁਰਪ੍ਰੀਤ ਸਿੰਘ ਸੀਗਾ ਮੇਰਾ ਨਾਂ ਵੀ ਗੁਰਪ੍ਰੀਤ ਆ ਮਾਂ ਦੋਨੇ ਜੀ ਆ ਰਹੇ ਖੜੇ ਕੋਲੇ ਹੀ ਤੁਸੀਂ ਬਣਾ ਕੇ ਭੇਜੀ ਸੀ ਤੁਸੀਂ ਬੋਲਦੇ ਸੀ ਅੱਛਾ 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 ਦੁਬਾਰਾ ਭੇਜੀ ਤੁਸੀਂ ਮੈਂ ਕਹਿੰਦੇ ਪਹਿਲੀ ਵੀਡੀਓ ਸੀ ਉਹ ਦੇਖੋ ਕੁਲਵੰਤ ਕੌਰ ਦਾ ਹਨਾ ਜਨਮ ਕਿੱਥੇ ਹੋਇਆ ਕਿੱਥੇ ਕੁਲਵੰਤ ਕੌਰ ਭਜਨੋ ਨਾਂ ਨਾ ਛੋਟੇ ਬੱਚਿਆਂ ਨੂੰ ਨੀ ਭਜਨੋ ਆ ਜਾ ਭਜਨੋ ਦਾ ਵਿਆਹ ਹੋ ਗਿਆ ਭਜਨੋ ਦੇ ਪੰਜ ਬੱਚੇ ਹੋਏ ਪੰਜੇ ਹੀ ਮਰ ਗਏ ਭਜਨੋ ਦੇ ਸਿਰ ਦਾ ਸਾਈ ਅਮਰ ਸਿੰਘ ਗਲੋਤਰਾ ਉਹ ਵੀ ਮਰ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਤੇ ਜਿਹਨਾਂ ਦੇ ਘਰ ਚ ਰਹਿੰਦੇ ਸੀ ਜਲਾਹਾ ਪਰਿਵਾਰ ਆ ਬੇਬੇ ਕਹਿੰਦੀ ਅਸੀਂ ਸੰਤ ਕਬੀਰ ਜੀ ਦੇ ਪਰਿਵਾਰ ਚ ਬਾਬਾ ਜੀ ਕਿਵੇਂ ਜੱਟ ਹਾਂਜੀ ਜੱਟ ਹਨ ਚੀਮੇ ਕੌਣ ਉਹ ਜਿੱਟੇ ਜਿੰਨਾਂ ਦੇ ਘਰ ਰਹਿੰਦੇ ਚੀਮੇ ਨਹੀਂ ਹੁੰਦੇ ਹਾਂ ਚੀਮਾ ਗੋਤ ਸੀ ਉਹਨਾਂ ਦਾ ਯਾਨੀ ਕਿ ਜੱਟ ਸੀ ਉਹਨਾਂ ਨੇ ਘਰੇ ਸਾਰੀ ਜ਼ਿੰਦਗੀ ਕੱਢੀ ਤੂੰ ਉੱਥੇ ਕੱਢੀ ਆ ਜੀ ਤੁਸੀਂ ਵੀ ਕੰਮ ਕਰਦੇ ਹੁੰਦੇ ਸੀ ਉੱਥੇ ਹਾਂ ਉਹਨਾਂ ਦਾ ਕੰਮ ਕਰਨਾ ਕੀ ਕਰਦੇ ਸੀ ਗੋਹਾ ਗਾ ਚੱਕਦੇ ਸੀ ਨਾ ਗੋਹਾ ਨਹੀਂ ਗੋਹੇ ਵਾਸਤੇ ਵੱਖਰੇ ਕੱਪੜੇ ਕੁੱਪੜੇ ਧੋਣੇ ਭਾਂਡੇ ਮਾਂਜਣੇ ਅੱਛਾ ਇਹ ਕੰਮ ਕਰਦੇ ਸੀ ਇਹ ਕਰਨਾ ਇਹਨੂੰ ਰੋਟੀ ਖਵਾਲ ਦੇਣੀ ਕੋਈ ਪਰਾਉਣਾ ਆ ਗਿਆ ਕਿੰਨੇ ਸਾਲ ਕੀਤਾ ਮੈਂ ਕੰਮ ਉੱਥੇ ਕੰਮ ਤੇ ਕਾਫੀ ਕੀਤਾ ਜਦੋਂ ਦੀ ਮੈਂ ਵਿਆਹੀ ਸੀ ਉੱਥੇ ਉਹਨਾਂ ਦੇ ਘਰੇ ਕੰਮ ਕਰਦੇ ਸੀ ਤੇ ਮੈਂ ਫਿਰ ਉਹ ਪੈਸੇ ਦਿੰਦੇ ਸੀ ਤੁਹਾਨੂੰ ਕੋਈ ਨਾ ਪੈਸੇ ਪੂਸੇ ਨਹੀਂ ਰੋਟੀ ਜਦੋਂ ਤੇਰੇ ਘਰ ਵਾਲਾ ਮਰ ਗਿਆ ਮੈਂ ਉਹਨਾਂ ਨੇ ਕਿਹਾ ਨੀ ਵੀ ਤੂੰ ਸਾਡੇ ਕੋਲ ਹੀ ਰਹਿ ਪਾ ਕਿੱਥੇ ਜਾਏਂਗੀ ਕੌਣ ਚੱਲਦਾ ਜੇ ਕੋਈ ਨੀ ਚੱਲਦਾ ਅੱਜ ਆਪਣੇ ਨੀ ਬਣਦੇ ਬਗਾਨਾ ਕੌਣ ਬਣਦਾ ਜੇ ਆਪਣਾ ਹੁੰਦਾ ਤੇ ਫਿਰ ਮੈਨੂੰ ਰੋਣਾ ਆ ਹੁਣ ਤੁਹਾਡੇ ਤੋਂ ਮੈਂ ਇੱਧਰ ਨੂੰ ਪਾਣੀ ਲੈਣ ਆਈ ਹਾਂ ਤੇ ਇੱਥੇ ਹੀ ਕਲਪੀ ਜਾਣ ਡਈ ਸਾਂ ਮੈਂ ਕਿਹਾ ਕਿਹਦਾ ਮੈਂ ਤਰਲਾ ਕਰਾਂ ਇੱਥੇ ਗਏ ਤੇ ਉਹ ਵੀ ਗਲੀ ਵਾਲੇ ਆਉਂਦੇ ਨੇ ਇੱਥੇ ਪਿਆ ਇੰਨਾ ਗੰਦ ਪਾਇਆ ਮੈਂ ਬਾਬੂ ਜੀ ਗੰਦ ਕੀ ਪਾਉਣਾ ਨਾ ਮੈਂ ਕੋਈ ਹੋਰ ਚੀਜ਼ ਖਾਣੀ ਹੈ ਨਾ ਕੋਈ ਰੋਟੀ ਮਿਲੀ ਖਾ ਲੈਣੀ ਤੇ ਉਹ ਲਿਫਾਫੇ 'ਚ ਦੇ ਕੇ ਜਾਂਦੀ ਸੀ ਕੁੜੀ ਇੱਕ ਤੇ ਉਹ ਵੀ ਮੈਂ ਉਹਨੂੰ ਅੱਜ ਡੱਕ ਛੜੇ ਕੁੜੀਏ ਰੋਟੀ ਨਾ ਲੈ ਕੇ ਆਈ ਮੈਂ ਕੀ ਕਰਨੀ ਰੋਟੀ ਖਾ ਕੇ ਮੇਰਾ ਮਨ ਹੀ ਬਹੁਤ ਦੁਖੀ ਹੋਇਆ ਮੈਂ ਕੁੜੀ ਨੂੰ ਕਾਹਤੋਂ ਮਨਾ ਕਰਤਾ ਵੀ ਰੋਟੀ ਨਾ ਲੈ ਕੇ ਆਈ ਤੈਨੂੰ ਪਤਾ ਸੀ ਅੱਜ ਜਾਣਾ ਨਹੀਂ ਜਾਣਾ ਨਹੀਂ ਮੇਰਾ ਮਨ ਨਹੀਂ ਕਰਦਾ ਮੇਰਾ ਮਨ ਇਸ ਤਰ੍ਹਾਂ ਵੀ ਮਨਾ ਮੈਨੂੰ ਰੱਬ ਹੀ ਚੁੱਕ ਲਵੇ ਜਿੰਨਾ ਮੈਂ ਲੋਕਾਂ ਦੀਆਂ ਗੱਲਾਂ ਸੁਣਨੀ ਆ ਭਾਈ ਕੀ ਸੁਣਦੀਆਂ ਗੱਲਾਂ ਮੈਂ ਇੱਥੇ ਵੀ ਆਖਣ ਡੇ ਹੀ ਲੈ ਰਾਤ ਨੂੰ ਇਹਦੇ ਕੋਲ ਬੰਦੇ ਸੁਣਦੇ ਮੈਂ ਸਭ ਬਾਬੂ ਜੀ ਸੁਣੀ ਜਾਂਦੀ ਇੱਥੇ ਆ ਮੈਨੂੰ ਭਾਵੇਂ ਉਹ ਸੜਕ ਤੇ ਗੱਲ ਕਰਦੇ ਮੈਨੂੰ ਸਾਰੀ ਗੱਲ ਦਾ ਪਤਾ ਤੇ ਮੇਰੀ ਪੇਸ਼ ਨਹੀਂ ਜਾਂਦੀ ਮੈਂ ਪੇਸ਼ ਕਰਾਂਗੀ ਅੱਗੇ ਮੈਨੂੰ ਲੱਕ ਚ ਮਾਰਿਆ ਧੱਕਾ ਹੋਰ ਮੇਰੇ ਸਿਰ ਚ ਡੰਡਾ ਮਾਰਨਗੇ ਤੇ ਇੱਥੇ ਮੈਂ ਵੇਖਣ ਡਈ ਆ ਵੀ ਨਹੀਂ ਸਾਡੇ ਨੀ ਇਹ ਪਾਸੇ ਇਸ ਤਰ੍ਹਾਂ ਦਾ ਨਾ ਕੋਈ ਧੀ ਨੂੰ ਬਖਸ਼ਦਾ ਨਾ ਮਾਂ ਨੂੰ ਬਖਸ਼ਦਾ ਨਾ ਭੈਣ ਨੂੰ ਬਖਸ਼ਦਾ ਇਸ ਉਮਰ ਚ ਵੀ ਲੋਕ ਹਾਂਜੀ ਨਹੀਂ ਆ ਜਲੰਧਰ ਚ ਮੈਂ ਰਹਿੰਦੀ ਆ ਬਈ ਸਾਡੇ ਪਾਸੇ ਨੀ ਇਹ ਕੁਛ ਹੈਗਾ ਉਹ ਕਹਿੰਦੇ ਅਸੀਂ ਮਾਵਾਂ ਨੂੰ ਨਹੀਂ ਬਖਸ਼ਦੇ ਫਿਰ ਕਿੱਥੇ ਹੱਡੀਆਂ ਦੇਣਾ ਜਾ ਕੇ ਰੱਬ ਨੇ ਲੇਖਾ ਲੈਣਾ ਵੀ ਆਹ ਕੰਮ ਕਰਦਾ ਰਿਹਾ ਤੇ ਤੈਨੂੰ ਨਾ ਹੁਣ ਮੈਂ ਕੋਈ ਕੰਮ ਨਹੀਂ ਕੀਤਾ ਨਾ ਕੋਈ ਚੋਰੀ ਕੀਤੀ ਜੇ ਮੈਨੂੰ ਕੋਈ ਸੋਨਾ ਲੱਭਦਾ ਸੀ ਨਾ ਹਾਰ ਲੱਭਾ ਤੇ ਉਹਨਾਂ ਦਾ ਵਿਆਹ ਤੇ ਇਸ ਤਰ੍ਹਾਂ ਕੂੜਾ ਹੁੰਦਿਆ ਤੇ ਮੈਂ ਕਿਹਾ ਆਹ ਤੁਹਾਡਾ ਜੀ ਮੈਂ ਨਹੀਂ ਇਹ ਕਿਹਾ ਵੀ ਮੈਂ ਮੇਰੇ ਟੋਕਰਾ ਗਹਿਣੇ ਮੇਰੇ ਉਹ ਨਹੀਂ ਰਹੇ ਤੇ ਮੈਂ ਕਿਸੇ ਦੇ ਕੰਨ ਮੈਂ ਚੁੱਕ ਚੁੱਕ ਕੇ ਕਰਨੇ ਨੇ ਰੱਬ ਨੇ ਮੈਨੂੰ ਵੇਖਦਾ ਉਹ ਹੱਡੀਆ ਦਿੱਤਾ ਜਿਹੜਾ ਕੋਈ ਹਿਸਾਬ ਤੇਰੇ ਕੋਲ ਮੈਂ ਇੰਨੇ ਗਹਿਣੇ ਸੀ ਆਪਦੇ ਹੈ ਹਾਂਜੀ ਟੋਕਰ ਗਹਿਣੇ ਪਾਏ ਕੋਈ ਉਹਨਾਂ ਨੇ ਪਾਏ ਸੀ ਤੇ ਕਿ ਮੇਰੇ ਨੇ ਕਿੱਥੇ ਗਏ ਮੈਂ ਸਾਰੇ
ਖਾ ਖੂ ਛੱਡੇ ਉਹਨੇ ਘਰ ਵਾਲੇ ਨਹੀਂ ਹੈ ਜਦੋਂ ਜਿੰਨਾ ਦੀ ਚੀਜ਼ ਪਾਓ ਜੀ ਮੇਰਾ ਕੀ ਹੁਕਮ ਹੈ ਬਾਪੂ ਦਾ ਰੰਗ ਵਰਦੀ ਦਾ ਹੋਰ ਕੁਛ ਨੀ ਦਿੰਦਾ ਹੋਰ ਆ ਬੰਦੇ ਖੜੇ ਦਿੰਦੇ ਨੀ ਆ ਦਮਨ ਆ ਗਿਆ ਮੁੰਡਾ ਦਿੰਦਾ ਨੀ ਤੈਨੂੰ ਨਾ ਨਾ ਆਪਣੇ ਮੈਂਬਰ ਜਲੰਧਰ ਤੋਂ ਗੁਰਪ੍ਰੀਤ ਫਿਰ ਇਹਨਾਂ ਦੀ ਡਿਊਟੀ ਲਾਈ ਸੀ ਮਾਤਾ ਨੂੰ ਦੇਖਣ ਦੀ ਫਿਰ ਦੇਖ ਕੇ ਗਏ ਸੀਗੇ ਤੇ ਮਾਤਾ ਜੀ ਨੂੰ ਦਿੰਦਾ ਨੀ ਵਿਚਾਰੀ ਨੂੰ ਡੇਢ ਸਾਲ ਤੋਂ ਕਰੀਬ ਇੱਥੇ ਪਈ ਆ ਤੇ ਬੜਾ ਕੁਛ ਵਿਚਾਰੀ ਸਹਿ ਰਹੀ ਆ ਇੱਥੇ ਪਈ ਪਰਿਵਾਰ ਹੈਗਾ ਖਤਮ ਆ ਭਜਨੋ ਆ ਬੇਬੇ ਦਾ ਨਾਂ ਕੁਲਵੰਤ ਕੌਰ ਦਸੂਹੇ ਕੋਲੇ ਪਿੰਡ ਆ ਬੇਬੇ ਕਿਹੜਾ ਪਿੰਡ ਆ ਧੂਗੜੀ ਪਿੰਡ ਆ ਬੇਬੇ ਦਾ ਇੱਥੇ ਹਾਂ ਉੱਥੋਂ ਹੀ ਆ ਧੂਗੜੀ ਰੋਡ ਤੋਂ ਹਰਗੋਬਿੰਦਪੁਰਾ ਮਹੱਲੇ ਤੋਂ ਜੰਡ ਮੇਰੇ ਸਹੁਰੇ ਨੇ ਅੱਛਾ ਹਾਂ 2017 ਚ ਆਪਾਂ ਲੈ ਗਏ ਵਿੱਕੀ ਤੇ ਰਚਨਾ ਰਹਿੰਦੇ ਸਾਡੇ ਕੋਲੇ ਹਾਂ 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 ਉਹ ਰੋਡ ਤੇ ਅਸੀਂ ਧੂਗੜੀ ਰੋਡ ਤੋਂ ਅੱਗੇ ਲੈ ਕੇ ਗਏ ਅੱਛਾ ਉੱਥੇ ਹਰਗੋਬਿੰਦਪੁਰ ਮਹੱਲਾ ਨਾ ਉੱਥੋਂ ਲੈ ਕੇ ਗਏ ਸੀ ਫੈਮਿਲੀ ਨੂੰ ਪੂਰੀ ਨੂੰ ਤੇ ਮਾਂ ਢੋਂਗੜੀ ਦਾ ਤੇਰੇ ਹੋ ਗਏ ਪੇਕੇ ਹੈ ਨਾ ਤੇ ਸਹੁਰੇ ਤੇਰੇ ਹੈਗੇ ਆ ਜੰਡ ਇਹ ਜੰਡ ਦੇ ਕੋਲੇ ਕਿਹੜਾ ਪਿੰਡ ਪੈਂਦਾ ਹੋਰ ਹਮਜਾ ਕੁਲੀਆਂ ਵਾਲਾ ਇਹ ਪੈਂਦਾ ਹੁਸ਼ਿਆਰਪੁਰ ਚ ਹੁਸ਼ਿਆਰਪੁਰ ਚ ਪੈਂਦਾ ਹੈ ਇੱਥੇ ਆ ਲੋਕ ਪਿਸ਼ਾਬ ਕਰੀ ਜਾਂਦੇ ਆ ਜੀ ਇੰਨੀ ਗੰਦੀ ਸਮੈਲ ਆ ਰਹੀ ਹੈ ਪਿਸ਼ਾਬ ਦੀ ਟੱਟੀ ਦੀ ਮੁਸ਼ਕਲ ਹੁੰਦੀ ਤੇ ਅਗਰ ਮੈਨੂੰ ਕਹਿੰਦੇ ਤੂੰ ਕਰਨੀ ਹੈ ਟੱਟੀ ਮੈਂ ਰੋਟੀ ਅੱਧੀ ਰੋਟੀ ਬਾਊ ਜੀ ਖਾਣੀ ਹੈ ਉਹ ਵੇਖੋ ਰੋਟੀ ਮੇਰਾ ਲਫਾਫਾ ਪਿਆ ਉਸਨੇ ਮਨ ਨਹੀਂ ਕਰਦਾ ਅੱਜ ਤਾਂ ਮੈਂ ਕੁੜੀ ਨੂੰ ਕਿਹਾ ਫਿਰ ਕੁੜੀਏ ਮੇਰੀ ਰੋਟੀ ਨਹੀਂ ਲੈ ਕੇ ਆਉਣਾ ਤੇ ਪਿਸ਼ਾਬ ਵਾਲਾ ਪਾਣੀ ਪੀ ਜਾਂਦੀ ਹੈ ਮਾਂ ਵਿਚਾਰੀ ਪਤਾ ਨਹੀਂ ਤੈਨੂੰ ਪਿਸ਼ਾਬ ਵਾਲਾ ਪਾਣੀ ਕੋਈ ਜਾਣ ਕੇ ਭਰ ਕੇ ਦੇ ਗਿਆ ਜਾਣ ਕੇ ਤੇ ਆ ਬੇਬੇ ਕਹਿੰਦੀ ਪਾਣੀ ਮੈਨੂੰ ਨਾ ਹੋਰ ਹੀ ਤਰ੍ਹਾਂ ਦਾ ਲੱਗਦਾ ਸਵਾਦ ਇਹਦਾ ਤੇ ਹੁਣ ਜਦੋਂ ਬੋਤਲ ਫੜ ਕੇ ਖੋਲ ਕੇ ਦੇਖੀ ਸਮੈਲ ਲਈ ਤਾਂ ਵਿੱਚੋਂ ਪਿਸ਼ਾਬ ਦੀ ਸਮੈਲ ਆ ਰਹੀ ਹੈ ਚਲੋ ਉਹ ਰੱਬ ਵੇਂਦਾ ਅਸੀਂ ਕੀ ਪਾਪੀਆਂ ਨੇ ਕਹਿਣਾ ਆਪੇ ਹੱਡੀਆਂ ਦੇਣਗੇ ਕਿਤੇ ਮਾਂ ਸਾਡੇ ਤੇ ਟਾਈਮ ਆਇਆ ਨਾ ਉਹਨਾਂ ਤੇ ਵੀ ਟਾਈਮ ਆਉਣਾ ਸਦਾ ਨਹੀਂ ਜਵਾਨ ਰਹਿਣਾ ਇੱਥੇ ਭਰਨੀਆਂ ਪੈਂਦੀਆਂ ਮਾਂ ਹੈ ਇੱਥੇ ਭੋਗਣਾ ਪੈਂਦਾ ਇਹਨਾਂ ਨਾਲ ਇਹੀ ਕੁਛ ਹੋਣਾ ਕੋਈ ਨਾ ਜੇ ਸਾਡੀ ਮਾਂ ਨਾ ਐਦਾਂ ਕੀਤਾ ਹੁਣ ਅੱਜ ਤੋਂ ਬਾਅਦ ਮੇਰੀ ਮਾਂ ਨੂੰ ਕੋਈ ਓਏ ਨਹੀਂ ਕਹੂਗਾ ਅੱਜ ਤੋਂ ਬਾਅਦ ਮਾਂ ਤੇਰੇ ਕੋਈ ਗੰਦਾ ਕੱਪੜਾ ਨਹੀਂ ਪਾਉਣਾ ਅੱਜ ਤੋਂ ਬਾਅਦ ਮਾਂ ਤੂੰ ਕਦੇ ਭੁੱਖੀ ਨਹੀਂ ਸੌਣਾ ਅੱਜ ਤੋਂ ਬਾਅਦ ਮੇਰੀ ਮਾਂ ਨੂੰ ਕੋਈ ਐ ਨਹੀਂ ਕਹੂਗਾ ਵੀ ਤੂੰ ਆ ਕੀ ਕਰਤਾ ਬਾਬਾ ਨਾਨਕ ਮਿਹਰ ਕਰੇ ਤੇਰੀਆਂ ਅੱਖਾਂ ਦੀ ਰੋਸ਼ਨੀ ਆ ਜਾਣੀ ਆਪਾਂ ਆਪਰੇਸ਼ਨ ਕਰਾ ਦੇਣਾ ਅੱਖ ਦਾ ਅੱਖਾਂ ਤੇਰੀਆਂ ਠੀਕ ਹੋ ਜਾਣੀਆਂ ਭਜਨੋ ਤੇ ਭਜਨੋ ਨਾ ਸਾਡੀ ਫਿਰਿਆ ਕਰੂ ਭੱਜੀ ਫਿਰ ਸੇਵਾ ਕਰਿਆ ਕਰੇਗੀ ਸੇਵਾ ਫਿਰ ਸੇਵਾ ਕਰਾਂਗੀ ਸੇਵਾ ਮੈਂ ਉੱਥੇ ਸ਼ਹੀਦੀਆਂ ਦੀ ਕਰਦੀ ਰਹੀ ਆ ਸਾਡੇ ਸ਼ਹੀਦੀਆਂ ਦਾ ਗੁਰਦੁਆਰਾ ਮੇਰੀ ਮਾਂ ਵਾ ਭਜਨੋ ਸ਼ਹੀਦ ਹੋਇਆ ਟਲੀ ਤੇ ਉਹਨੇ ਆਪਣੀ ਰੱਖਿਆ ਸੀ ਸੀਸ ਬਾਬਾ ਦੀਪ ਸਿੰਘ ਜੀ ਹਾਂ ਉਹਨੇ ਉਸ ਤਰ੍ਹਾਂ ਲੜਾਈ ਕੀਤੀ ਵਾਹਿਗੁਰੂ ਹੋਰ ਕੀ ਕਹਿਣ ਲੱਗੇ ਸੀ ਮੈਂ ਭਰਾ ਦਾ ਭਰਾ ਦੀ ਗੱਲ ਕਹਿਣ ਲੱਗੇ ਤੂੰ ਕੋਈ ਭਰਾ ਦਾ ਵੀ ਨਾ ਭਜਨ ਭਜਨ ਨੇ ਤੇ ਮੇਰਾ ਨਾਮ ਭਜਨ ਫਿਰ ਮੇਰਾ ਨਾਮ ਤੇਰਾ ਨਾ ਭਜਨ ਹੋਣਾ ਭਰਾ ਦਾ ਨਾ ਭਜਨ ਆ ਹੈ ਹਾਂਜੀ ਇੱਕੋ ਹੀ ਭਰਾ ਵਾ ਤੇਰਾ ਕਿੰਨੇ ਭਰਾ ਭਰਾ ਮੇਰੇ ਹੈਗੇ ਸੀ ਚਾਰ ਭੈਣਾਂ ਸੀ ਦੋ ਇੱਕ ਫਰੀਦਕੋਟ ਸੀ ਭੈਣ ਦਾ ਤੇ ਘਰ ਜਾ ਕੇ ਵੇਖਿਆ ਹੀ ਨਹੀਂ ਉਹ ਮੇਰੇ ਘਰ ਦੋ ਵਾਰੀ ਆ ਗਈ ਮੈਂ ਨਹੀਂ ਵੇਖਿਆ ਦੂਜੇ ਤੇਰਾ ਭਰਾ ਜਿਹੜੇ ਦੂਜੇ ਦੋ ਕਿੱਥੇ ਆ ਉੱਥੇ ਨੇ ਤੋਗੜੇ ਦੋਨਾਂ ਨੇ ਜਵਾਬ ਦੇਤਾ ਤੈਨੂੰ ਹਾਂ ਬਸ ਇੱਕ ਰਾਤ ਰਹੀ ਤੇ ਆਖਣ ਲੱਗੇ ਸਾਡੇ ਕੋਲ ਨਹੀਂ ਰੋਟੀ ਹੈਗੀ ਉਹਨਾਂ ਦੇ ਘਰ ਬਾਹਰ ਆਪਦੇ ਆ ਹਾਂਜੀ ਘਰ ਕੋਈ ਤੈਨੂੰ ਕਹਿੰਦੇ ਕਹਿਣਾ ਸੀ ਕਿ ਮੇਰੇ ਪਿਓ ਦੇ ਘਰ ਹੀ ਆ ਮੈਂ ਆਖਿਆ ਸੀ ਨਾ ਕਹਿੰਦੇ ਪਿਓ ਨੇ ਕੀ ਬਣਾ ਕੇ ਸਾਨੂੰ ਦਿੱਤਾ ਸਾਨੂੰ ਕੀ ਦਿੱਤਾ ਪਿਓ ਨੇ ਮੈਂ ਇੰਨਾ ਕਿ ਮੈਂ ਫਿਰ ਉੱਥੇ ਖਲੋ ਕੇ ਮੈਂ ਪਿੱਟ ਕੇ ਆਈ ਪਿੱਟੀ ਫਿਰ ਮੈਂ ਤੇ ਇਹ ਹੀ ਅੱਜ ਮੈਨੂੰ ਜਿਹੜੇ ਧੱਕੇ ਪੈਣ ਦੇ ਚਲੋ ਉਹਨਾਂ ਤੇ ਵੀ ਟਾਈਮ ਆਏਗਾ ਬਾਊ ਜੀ ਇਹ ਨਹੀਂ ਵੀ ਇਸ ਤਰ੍ਹਾਂ ਹੀ ਰਹਿਣਗੇ ਦੋ ਫੁਲਕੇ ਰੋਟੀ ਦੇ ਸਕਣਾ ਜੀ ਇਹਨੇ ਮਾਂ ਨੇ
ਜੇ ਭਰਾ ਦੇ ਦਿੰਦੇ ਕਿੱਡੀ ਕੁ ਵੱਡੀ ਗੱਲ ਸੀ ਤੇ ਦੋ ਫੁਲਕੇ ਛਕਣੇ ਸੀ ਮਾਂ ਨੇ ਜਿਹੜੀਆਂ ਨੇ ਨਾ ਬਾਊ ਜੀ ਉਹ ਨਹੀਂ ਆਉਂਦੀਆਂ ਉਹ ਨਹੀਂ ਲੱਗਣ ਦਿੰਦੀਆਂ ਜੇ ਉਹ ਮਾਲਕ ਜੱਟ ਜੀ ਦੇ ਘਰੇ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਬਾਊ ਜੀ ਇੰਨਾ ਇੰਨਾ ਪਾਣੀ ਲੰਘ ਕੇ ਨਹਿਰ ਦੇ ਵਿੱਚੋਂ ਦੀ ਮੈਂ ਰੋਟੀ ਲੈ ਕੇ ਜਾਣਾ ਚਾਹੁੰਦਾ ਨਹਿਰ ਦੇ ਵਿੱਚੋਂ ਦੀ ਲੰਘਣਾ ਕਰਨਾ ਨਹਿਰ ਹੁੰਦੀ ਸੀ ਸਾਡੇ ਉੱਥੋਂ ਦੀ ਲੰਘ ਕੇ ਤੇ ਮੈਂ ਰੋਟੀਆਂ ਢੋਣੀਆਂ ਜਾ ਕੇ ਉੱਥੇ ਜਿੱਦਾਂ ਦੇ ਕੰਮ ਕਰਦੇ ਜ਼ਿਮੀਂਦਾਰਾਂ ਦੇ ਪੈਲੀ ਪੁਲੀ ਵਾਹਣੀ ਤੇ ਜੇ ਨਹਿਰ ਰੋਟੀ ਡਿੱਗ ਪੈਣੀ ਫਿਰ ਦੂਜੀ ਵਾਰੀ ਤੰਦੂਰੇ ਲਾ ਕੇ ਫਿਰ ਲੈ ਕੇ ਜਾਣਾ ਇਹਨਾਂ ਨੇ ਕੰਜਰੀਆਂ ਨੇ ਕੀ ਕੀਤਾ ਉਹ ਹੁਣ ਘਰ ਰਹੀਆਂ ਉਹ ਆਉਂਦੀ ਤੂੰ ਤਾਂ ਹੈ ਹੀ ਨਹੀਂ ਸਾਡਾ ਹੀ ਘਰ ਤੇ ਸਾਡੇ ਭਰਾਵਾਂ ਦਾ ਕਸੂਰ ਏ ਨਹੀਂ ਤੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਵੀ ਅਸੀਂ ਆਹ ਕੁਝ ਕਹੀਏ ਇਹਨੂੰ ਬਾਪੂ ਅਮਰ ਸਿੰਘ ਵੀ ਚਲਿਆ ਗਿਆ ਸਿਰ ਦਾ ਸਾਈ ਮਾਤਾ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ ਖੇੜਾ ਸਿੰਘ ਖੇੜਾ ਸਿੰਘ ਤੇ ਮਾਂ ਮੇਰੀ ਨਾ ਮਾਲਾ ਮਾਲਾ ਖੇੜਾ ਸਿੰਘ ਦੇ ਘਰ ਜਦੋਂ ਧੀ ਹੋਈ ਖੇੜਾ ਸਿੰਘ ਦੇ ਘਰ ਜਦੋਂ ਭਜਨੋਂ ਦਾ ਜਨਮ ਹੋਇਆ ਕਿੰਨੀਆਂ ਬੰਦਾ ਖੁਸ਼ੀਆਂ ਮਾਣਦਾ ਕਿੰਨੇ ਸੁਪਨੇ ਸਜਾਉਂਦਾ ਉਹਨੇ ਕਦੇ ਫਿਟਮੂ ਵੀ ਨਹੀਂ ਕਿਹਾ ਅੱਜ ਮਾਤਾ ਕੁਲਵੰਤ ਕੌਰ ਭਜਨੋਂ ਸੜਕ ਤੇ ਪਈ ਆ ਪਾਣੀ ਪੀਣਾ ਬੋਤਲ ਨਹੀਂ ਚੱਕ ਕੇ ਪਾਣੀ ਦੀ ਆ ਲੈ ਮੈਂ ਪਾਣੀ ਦਿੰਦਾ ਤੈਨੂੰ ਪੀ ਲੈ ਪਹਿਲਾਂ ਹੀ ਮੰਗਿਆ ਮੈਂ ਭੁੱਲ ਹੀ ਗਿਆ ਮੈਂ ਆ ਲੈ ਮੈਂ ਗਲਾਸ ਵੀ ਪੇ ਨਹੀਂ ਨਹੀਂ ਛੋਟੀ ਜੀ ਬੋਤਲ ਆ ਮੈਂ ਇਹਨੂੰ ਮੂੰਹ ਲਾ ਲਾ ਉੱਥੇ ਨਾ ਗਲਾਸ ਵੀ ਪੇ ਜੇ ਮਾਂ ਉਹ ਗੰਦੇ ਆ ਗਲਾਸ ਤੂੰ ਇਹਦਾ ਹੀ ਪੀ ਲੈ ਕੋਈ ਨਾ ਤੁਸੀਂ ਗਲਾਸ ਲੈ ਲਓ ਫਿਰ ਦੇਖ ਰਹੇ ਹੋ ਕੋਈ ਨਾ ਮਾਂ ਕੋਈ ਨਾ ਤੂੰ ਪਾਣੀ ਪੀ ਪਹਿਲਾਂ ਦੇਖ ਲੈ ਹਜੇ ਵੀ ਬੇਬੇ ਸੋਚਦੇ ਕਹਿੰਦੀ ਗਲਾਸ ਲੈ ਜਾਓ ਕਿਸੇ ਨੂੰ ਦੇ ਦਿਓ ਕਹਿੰਦੀ ਦਿਲ ਹੈਗੀ ਆ ਹਜੇ ਵੀ ਹਨਾ ਕੋਈ ਗੱਲ ਆ ਵੀ ਅੰਨੀ ਇਹ ਨਹੀਂ ਅੰਨੇ ਤਾਂ ਲੋਕ ਨੇ ਮਾਤਾ ਦੀ ਇਨਸਾਨੀਅਤ ਇਸ ਉਮਰ ਦੇ ਵਿੱਚ ਇਸ ਅਵਸਥਾ ਵਿੱਚ ਹੀ ਹਲੇ ਹੈਗੀ ਹੈਗੀ ਆ ਵੀ ਅੰਨੀ ਹੋਣ ਦੇ ਬਾਵਜੂਦ ਵੀ ਇਹਨੂੰ ਇਹਦੀ ਮਨ ਦੀ ਅੱਖ ਤੋਂ ਦੇਖ ਪਾਉਂਦੀ ਆ ਤੇ ਜਿਹੜੇ ਲੋਕ ਸਜਾਖੇ ਨੇ ਉਹ ਅੰਨੇ ਨੇ ਜਿਹੜੇ ਇਹਦੇ ਕੋਲ ਦੀ ਨਿੰਗੀ ਜਾਂਦੇ ਨੇ ਕੋਈ ਦੇਖਦਾ ਨਹੀਂ ਕੋਈ ਪੁੱਛਦਾ ਨਹੀਂ ਇਹਦੇ ਨਾਲ ਆ ਕੇ ਲੜਦੇ ਨੇ ਇਹਦੇ ਨਾਲ ਜਾਗਤੀ ਕਰਦੇ ਨੇ ਆ ਕੇ ਆ ਜੇ ਫੈਕਟਰੀ ਇਹਨਾਂ ਨੂੰ ਆਵਾਜ਼ਾਂ ਮਾਰੀ ਬਾਊ ਜੀ ਮੈਨੂੰ ਪਾਣੀ ਦੇ ਦੇ ਉਹ ਹੀ ਉਹਦਾਂ ਨੇ ਹੀ ਨੂੰ ਚੁਕਾਹਣ ਇਹਨੂੰ ਇੱਥੋਂ ਚੁੱਕ ਛੱਡਣਾ ਚੁੱਕ ਛੱਡਣਾ ਮੈਂ ਚੁੱਪ ਮੈਂ ਨਹੀਂ ਬੋਲੀ ਕੀ ਕਹਿੰਦੇ ਤੈਨੂੰ ਚੁਕਾ ਦੇਣਾ ਇੱਥੋਂ ਹਾਂ ਗਲੀ 'ਚ ਚੁਕਾ ਦੇਣਾ ਮੈਂ ਤਾਂ ਆਖਣ ਡੀ ਵੀ ਮੈਂ ਕਿਹੜੀ ਘੜੀ ਮੈਨੂੰ ਰੱਬ ਚੁੱਕ ਲੈਂਦਾ ਤਾਂ ਚਲੋ ਪਰ ਕਿੰਨਾ ਕੁ ਚਿਰ ਬਾਊ ਜੀ ਹੁਣ ਚੱਲੀਏ ਮੈਂ ਆਪਾਂ ਚਲੋ ਇੱਥੇ ਕੋਈ ਮੈਂ ਕਾਗਜ਼ ਪੱਤਰ ਕੋਈ ਪਿਆ ਕੋਈ ਪੈਸਾ ਧੇਲਾ ਤਾਂ ਨਹੀਂ ਪਿਆ ਇਹਦੇ ਬਿਸਤਰਿਆਂ 'ਚ ਆ ਨਹੀਂ ਪੈਸੇ ਮੇਰੇ ਕੋਲ ਨਹੀਂ ਬਿਸਤਰੇ 'ਚ ਤਾਂ ਨਹੀਂ ਕੁਛ ਹੈਗਾ ਨਾ 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 ਆ ਨਹੀਂ ਬਸ ਇਹ ਮੈਂ ਰੱਖ ਲੈ ਕੋਈ ਨਾ ਤੇਰੇ ਕੋਲ ਪੈਸੇ ਇਹ ਦੇਖ ਕੇ ਹੀ ਬਾਊ ਯਾਰ ਨਾਲ ਜੁੱਤੀ ਦੇ ਕੇ ਨੰਗੀ ਪੈਰੀ ਆ ਵੇਖੋ ਆ ਪਜਾਮਾ ਜਿਹਾ ਪਾਇਆ ਮੇਰੇ ਸੂਟ ਉੱਥੇ ਰੁਲਦੇ ਨੇ ਪਏ ਟੇਟੀਆਂ 'ਚ ਪਏ ਨੇ ਪੇਟੀ ਭਰੀ ਪਈ ਹੈ ਮੈਂ ਕੀ ਕਰਨਾ ਜਦੋਂ ਮੈਂ ਰੋਲਣੀ ਮੈਂ ਪੇਟੀਆਂ ਨੂੰ ਅੱਗ ਲਾਉਣੀ ਹੈ ਮੰਜੇ ਨੇ ਬੈੱਡ ਨੇ ਸਾਰਾ ਕੁਝ ਉਹ ਕਿੱਥੇ ਪਿਆ ਸਮਾਨ ਫਿਰ ਉੱਥੇ ਹੀ ਜਾਂਦੀ ਉਹਨਾਂ ਦੇ ਘਰੇ ਮਾਲਕਾਂ ਦੇ ਵਰਤਣਗੇ ਤੇ ਯਾਦ ਕਰਨਗੇ ਆ ਉੱਠ ਪਈਏ ਨੇ ਉਹਨਾਂ ਨੂੰ ਦੇ ਦੇਣਗੇ ਲਿਖੋ ਮਾਤਾ ਦਾ ਸਾਰਾ ਸਮਾਨ ਮਾਤਾ ਕਹਿੰਦੀ ਪੇਟੀਆਂ 'ਚ ਸੂਟ ਬਥੇਰੇ ਪਏ ਆ ਬੈੱਡ ਪਿਆ ਸਭ ਕੁਛ ਆ ਸਾਰਾ ਸਮਾਨ ਉਹਦੇ ਮਗਰੋਂ ਮੈਂ 3000 ਦਾ ਸਮਾਨ ਲਿਆ ਘਰ ਵਾਲੇ ਤੋਂ ਮਗਰੋਂ ਪੰਜ ਦੂਸਰਾ ਹਰ ਚੀਜ਼ਾਂ ਲਿਆ ਲਿਆ ਕੇ ਰੱਖਣੀਆਂ ਆਪਣੀਆਂ ਵਰਤਣੀਆਂ ਜੀ ਹੁੰਦੀਆਂ ਸੀ ਕਿਸੇ ਦੇ ਘਰੋਂ ਰੋਟੀ ਖਾਣੀ ਨਹੀਂ ਤੇ ਮੈਂ ਆਪੀ ਰੋਟੀ ਬਣਾਉਣੀ ਚੱਲੀਏ ਫਿਰ ਮੈਂ ਹੁਣ ਆਪਾਂ ਚਲੋ ਚਲੋ ਫਿਰ ਬੋਲੇ ਸੋਨਹਾ ਚੱਲ ਮੇਰੀ ਮਾਂ ਹਾਂ ਚਾਹ ਪੀਨੇ ਆ ਚਾਹ ਪੀਣੀ ਸੱਚ ਨਾ ਆਪਾਂ ਉੱਥੇ ਫੜਾ ਦੇਣਾ ਗੱਡੀ ਕੋਲੇ ਚੱਲ ਕੇ ਹੈ ਮਾਂ ਅੱਜ ਸਵੇਰ ਦੀ ਨੇ ਕੁਛ ਖਾਧਾ ਤੂੰ ਨਾ ਕੁਛ ਵੀ ਨਾ ਤੇ ਰਾਤ ਖਾਧਾ ਸੀ ਕੁਛ ਰਾਤੀ ਉਹ ਲਿਆਏ ਸੀ ਥੋੜੀ ਜਿਹੀ ਚੌਲ ਉਹ ਪਏ ਨੇ ਜਿਹੜੀ ਥੋੜੇ ਜਿਹੇ ਖਾਂਦੇ ਮਨ ਨਹੀਂ ਕਰਦਾ ਮਨ ਦਾਸੀ ਲੱਗਾ ਦੇਖ ਲਓ ਜੀ ਆ ਕੂੜਾ ਕਿਵੇਂ ਆ ਗੰਦ ਪਿਆ ਵਾ ਇੱਧਰ ਟੋਇਲਟਾਂ ਕੀਤੀਆਂ ਪਈਆਂ ਆ ਸਾਰੀ ਗਲੀ ਹੋਈ ਜਿਵੇਂ ਇੱਕ ਨਾ ਟੋਇਲਟ ਬਾਥਰੂਮ ਹੁੰਦਾ ਵਾ ਇੱਦਾਂ ਬਣਤੀ ਆ ਰਹੀ ਹੈ ਗਲੀ ਤੇ ਵਧੀਆ ਮਾਤਾ ਵਿਚਾਰੀ ਅੱਖਾਂ ਤੋਂ ਅੰਨੀ ਹੋ ਗਈ
ਨਹੀਂ ਤਾਂ ਇਹਦੇ ਮੂਹਰੇ ਆ ਕੇ ਲੋਕ ਬਾਥਰੂਮ ਕਰੀ ਜਾਂਦੇ ਆ, ਪਿਸ਼ਾਬ ਕਰੀ ਜਾਂਦੇ ਆ, ਕੋਈ ਨੀ ਦੇਖਦਾ ਵੀ ਇਹ ਬੁੱਢੀ ਬੈਠੀ ਆ ਇੱਥੇ, ਮਾਂ ਬੈਠੀ ਆ ਇੱਕ, ਕਿਸੇ ਦੀ ਕੋਈ ਕੁਛ ਨੀ ਲੱਗਦੀ। ਹੈਗਾ ਆਪਣਾ ਬੈਠਣ ਵਾਲਾ, ਕੱਢ ਕੇ ਲਿਆ ਛੱਡ ਦੇ ਮਾਤਾ ਨੂੰ। ਮਾਤਾ ਹੁਣ ਜਿਵੇਂ ਤੈਨੂੰ ਦਿਖਦਾ ਕੁਛ ਮੂਹਰੇ ਜੇ ਤੁਰਨਾ ਹੋਵੇ, ਕਿਵੇਂ ਜਾਏਂਗੀ ਤੁਰ ਕੇ? ਕਾਲਾ ਜਾ ਰਹੀ ਹੈ ਇੱਧਰ ਨੂੰ ਗਿਆ ਹੈ, ਇੱਧਰ ਨੂੰ ਤੁਰ ਕੇ ਗਿਆ। ਕਾਲਾ ਕਾਲਾ ਜਿਹਾ ਕੋਈ ਤੁਰਿਆ ਇੱਧਰ ਨੂੰ ਹੁਣ? ਤੁਹਾਡਾ ਵੀ ਆਪ ਖਜਾਣਦੇ ਉੱਧਰ ਨੂੰ, ਉੱਧਰ ਨੂੰ ਜਾਣਦੇ। ਮਾਰੇ ਲੈ ਮਾਂ ਇੱਥੇ ਬਹਿ ਜਾ ਦੋ ਮਿੰਟ, ਤੈਨੂੰ ਛੋਟੀ ਜਿਹੀ ਸੂਲ ਜਿਹਾ ਤਾਂ ਹੈਗਾ, ਫੜ ਕੇ ਰੱਖੀ ਦਮਾ। ਕਿੱਦਾਂ ਬਹਿ ਜਾ, ਇਹ ਬਹਿ ਜਾ ਮਾਂ ਇੱਥੇ ਬਹਿ ਜਾ, ਬਹਿ ਜਾ ਬਹਿ ਜਾ ਇੱਥੇ, ਮੈਂ ਚਾਹ ਆਉਂਦੀ ਚਾਹ ਘੁੱਟਦੇ ਨੀ ਜੇ। ਹਾਂ ਉਹਦੇ ਘੁੱਟ ਕੀ ਦੇਵਾਂਗੇ, ਚਾਹ ਘੁੱਟ ਕਾ ਕੇ ਉਹ ਲਿਆ ਕੱਢ ਕੇ ਪੇਪਰ। ਮੈਨੂੰ ਤਾਂ ਬੋਤਲ ਤੇ ਆਈ ਜਾਂਦਾ ਯਾਰ ਬਾਈ, ਦੇਖ ਕਿੱਡੇ ਘਟੀਆ ਲੋਕ ਨੇ ਯਾਰ, ਪਿਸ਼ਾਬ ਵਾਲਾ ਪਾਣੀ ਦੇ ਗਏ ਮਾਂ ਨੂੰ ਯਾਰ, ਪਿਸ਼ਾਬ ਵਾਲਾ ਪਾਣੀ ਪਾਤਾ। ਇੱਥੋਂ ਮੰਗਿਆ ਸੀ ਮਾਂ ਕਿਸੇ ਤੋਂ ਪਾਣੀ? ਨਹੀਂ ਮੈਂ ਉਹਨੂੰ ਮੁੰਡੇ ਨੂੰ ਕਿਹਾ ਸੀ ਭਈਏ ਨੂੰ ਪਾਣੀ ਲਿਆ ਕੇ ਦੇ, ਉਹਨੇ ਪਤਾ ਨੀ ਹੁਣ ਕੀ ਕੀਤਾ। ਸਾਰੇ ਤੇ ਹੈਗੇ ਨਸ਼ਿਆਂ ਵਾਲੇ, ਨਸ਼ਿਆਂ ਵਾਲੇ ਨੇ ਸਾਰੇ। ਹੋ ਸਕਦਾ ਉਹਨੇ ਬੋਤਲ ਕੋਈ ਪਈ ਹੋਵੇ, ਲੱਭ ਗਈ ਹੋਵੇ ਸੜਕ ਤੋਂ। ਹਾਂ ਕਿਸੇ ਨੇ ਸ਼ਰਾਰਤ ਕਰਦੀ ਹੈ ਨਾ, ਮਾਤਾ ਨੇ ਕਿਸੇ ਤੋਂ ਪਾਣੀ ਮੰਗਿਆ ਉਹਨੇ, ਉਹ ਗੰਦਾ ਪਾਣੀ ਪਿਸ਼ਾਬ ਵਾਲਾ। ਇਹ ਤਾਂ ਬਾਥਰੂਮ ਕਰਕੇ ਪਾਣੀ ਯਾਰ, ਪਿਸ਼ਾਬ ਵਾਲਾ ਪਾਣੀ ਮਾਂ ਨੂੰ ਵਿਚਾਰੀ ਨੂੰ ਪਿਆ ਤਾਂ, ਅੱਗੇ ਪਤਾ ਨੀ ਕੀ ਕੁਛ ਦਿੰਦੇ ਹੋਣੇ ਇਹਨੂੰ, ਪਹਿਲੀ ਵਾਰੀ ਥੋੜੀ ਹੋਇਆ ਹੋਰ ਨਾ ਵਿਚਾਰੀ ਨਾ। ਚਾਹ ਪੀ ਲਾ ਮਾਂ, ਹੈਂ ਉਹ ਆ ਗਏ। ਹੈਲੋ ਹਾਂਜੀ ਵੀਰੇ, ਪੀਨੇ ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਵਾਹਿਗੁਰੂ ਕਰਾਉਂਦੇ ਆ ਜੀ, ਮਹਾਰਾਜ ਦੀ ਸੇਵਾ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ੀ ਆ। ਤੇ ਤੁਸੀਂ ਵੀਰੇ ਆਉਂਦੇ ਹੋ ਇੱਥੇ? ਅਸੀਂ ਖੜੇ ਆ ਮਾਂ ਦੇ ਕੋਲੇ ਜੀ। ਕੀ ਨਾਂ ਆਪਣਾ ਵੀਰੇ? ਹਰਜੀਤ ਸਿੰਘ। ਹਰਜੀਤ ਸਿੰਘ ਬਾਈ ਜੀ, ਪਹਿਲਾਂ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਮਾਤਾ ਜੀ ਬਾਰੇ ਜਾਣਕਾਰੀ ਦਿੱਤੀ, ਤਾਂ ਅੱਜ ਅਸੀਂ ਮਾਤਾ ਜੀ ਦੀ ਸੇਵਾ ਵਾਸਤੇ, ਮਾਤਾ ਜੀ ਦਾ ਨਾਂ ਹੈਗਾ ਕੁਲਵੰਤ ਕੌਰ ਭਜਨੋ ਆ, ਮਾਤਾ ਦਾ ਨਾਂ ਭਜਨੋ, ਤੇ ਅਸੀਂ ਨਾਲ ਲੈ ਕੇ ਚੱਲੇ ਹਾਂ ਭਜਨੋ ਬੇਬੇ ਨੂੰ। ਪੰਜ ਬੱਚੇ ਸੀ ਮਾਂ ਦੇ, ਪੰਜੇ ਹੀ ਬੱਚੇ ਮਰ ਗਏ, ਘਰ ਵਾਲਾ ਵੀ ਮਰ ਗਿਆ, ਸਹੁਰਾ ਵੀ ਮਰ ਗਿਆ, ਸੱਸ ਵੀ ਮਰ ਗਈ, ਤੇ ਕਰਮਾਂ ਦੀ ਮਾਰੀ ਵਿਚਾਰੀ ਧੱਕੇ ਖਾਂਦੀ ਆ ਇੱਥੇ। ਇੱਕ ਹੁਣ ਬੋਤਲ ਦੇ ਵਿੱਚ ਕਿਸੇ ਨੇ ਪਾਣੀ ਪਾ ਕੇ ਦਿੱਤਾ ਮਾਤਾ ਨੂੰ ਪੀਣ ਨੂੰ, ਵਿੱਚ ਪਿਸ਼ਾਬ ਕਰਕੇ ਪਾਣੀ ਦੇ ਦਿੱਤਾ, ਕਿਸੇ ਨੇ ਬੋਤਲ ਚ ਪਿਸ਼ਾਬ ਭਰਿਆ ਹੋਇਆ, ਉਹੀ ਪਾਣੀ ਪੀ ਜਾਂਦੀ ਸੀ ਮਾਂ। ਉਹ ਕਹਿੰਦੀ ਮੈਨੂੰ ਸਵਾਦ ਐ ਹੋਰ ਹੀ ਆਉਂਦਾ ਸੀ ਇਹ ਚੋਂ ਗੰਦਾ ਜਿਹਾ, ਹੁਣ ਅਸੀਂ ਸਮੈਲ ਲੈ ਕੇ ਦੇਖੀ, ਉਹ ਬਾਥਰੂਮ ਚ ਪਿਸ਼ਾਬ ਕੀਤਾ ਹੋਇਆ। ਚਲੋ ਠੀਕ ਆ ਬਾਈ ਜੀ, ਅਸੀਂ ਹੈਗੇ 10-15 ਮਿੰਟ ਇੱਥੇ ਵੀਰੇ। ਓਕੇ ਓਕੇ, ਢਾਬਾ ਕਿਤੇ ਮਾਂ? ਹਾਂ ਰੋਟੀ ਦੇ ਬਣਾਣੇ ਇੱਥੇ ਹੀ, ਪਿੰਕੀ ਉਹਦੇ ਨਾਲ 50 ਰੁਪਏ ਲੈਣੇ ਉਹਤੋਂ? ਹਾਂਜੀ। ਕਾਹਦੇ? ਉਹਨੇ ਕੰਬਲ ਮੇਰੇ ਕੋਲ ਲਿਆ ਸੀ। ਅੱਛਾ, ਉਹ ਦਿੱਤੇ ਹੀ ਨੀ ਉਦਣ ਦੇ। ਸਾਰੇ
ਲੱਕੜ ਬਸ ਮਾਤਾ ਗੁਰਪ੍ਰੀਤ ਸਿੰਘ ਸਨ ਆਫ ਕੀ ਹੈ ਭੈਣੇ ਗੁਰਮੀਤ ਸਿੰਘ ਕਿੱਥੇ ਗਏ ਨੇ ਬਾਬੂ ਜੀ? ਇੱਥੇ ਹੀ ਆ ਮਾਂ, ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ, ਫਿਕਰ ਨਾ ਕਰ, ਤੇਰੇ ਕੋਲ ਹੀ ਖੜੇ। ਮਾਂ ਨੂੰ ਵਿਚਾਰੀ ਨੂੰ ਐਂ ਹੋ ਗਿਆ ਵੀ ਕਿਤੇ ਚਲੇ ਗਏ ਚੁੱਪ, ਕਿਉਂਕਿ ਉਹ ਕਹਿੰਦਾ ਅੰਨਿਆ ਸੌ ਜਾਓ, ਕਹਿੰਦਾ ਚੁੱਪ ਹੀ ਕਰ ਜਾਣਾ। ਹੁਣ ਮਾਤਾ ਨੂੰ ਖੜਕਾ ਨੀ ਸੁਣਿਆ ਉਹਨੇ, ਫਿਰ ਨਿਕਲ ਗਏ ਕਿਤੇ ਗੱਲਾਂ ਗੁੱਲਾਂ ਕਰਕੇ। चलो तुम लोग उधर, ਬੇਬੇ ਘਰ ਵਾਲੇ ਦਾ ਨਾਂ ਅਮਰ ਸਿੰਘ ਆ। ਅਮਰ ਸਿੰਘ, ਹਾਂਜੀ। ਸਹੁਰੇ ਨਾਂ ਜੋਤਾ ਸਿੰਘ। ਜੋਤਾ ਸਿੰਘ ਟੱਬਰ ਦਾ ਚੰਗਾ ਸੀ, ਫਿਰ ਰੱਬ ਜੀ ਨੇ ਚੁੱਕ ਲਿਆ। ਸਹੁਰੇ ਕਿਹੜੇ ਪਿੰਡ ਸੀ ਮਾਂ? ਜੰਡ। ਜੰਡ ਪੀੜਾ ਮਿਲਣ ਜੀ, ਆਪਾਂ ਦੋ ਲਾਈਨਾਂ ਲਿਖੀਆਂ ਜੀ। ਮਾਤਾ ਜੀ ਨੂੰ ਜਦੋਂ ਲੈ, ਕਿਸੇ ਨੂੰ ਵੀ ਅਸੀਂ ਜਦੋਂ ਲੈ ਕੇ ਜਾਂਦੇ ਹਾਂ, ਰੈਸਕਿਊ ਕਰਦੇ ਹਾਂ। ਅੱਜ ਮਿਤੀ 22/1/2023, ਮਨੁੱਖਤਾ ਦੀ ਸੇਵਾ ਪਰਿਵਾਰ ਦੀ ਸਭ ਤੋਂ ਵੱਡੀ ਸੇਵਾ ਪਰਿਵਾਰ ਦੀ ਟੀਮ ਜਲੰਧਰ ਸ਼ਹਿਰ ਵਿੱਚ ਦੇਵੀ ਤਲਾਬ ਮੰਦਿਰ ਟਾਂਡਾ ਰੋਡ ਵਿਖੇ ਪਹੁੰਚੀ ਆ। ਸਾਡੀ ਟੀਮ ਨੂੰ ਗੁਰਪ੍ਰੀਤ ਸਿੰਘ ਸਨ ਆਫ ਗੁਰਮੀਤ ਸਿੰਘ ਜੀ ਵੱਲੋਂ ਜਾਣਕਾਰੀ ਦੇਣ ਤੇ ਪਤਾ ਲੱਗਦਾ ਹੈ ਕਿ ਇੱਥੇ ਇੱਕ ਮਾਤਾ ਜਿਹੜੇ ਅੱਖਾਂ ਤੋਂ ਅੰਨੇ ਹਨ, ਪਿਛਲੇ ਕਰੀਬ 2 ਸਾਲਾਂ ਤੋਂ ਸੜਕਾਂ ਉੱਪਰ ਨਰਕ ਕੱਟ ਰਹੇ ਹਨ। ਮਾਤਾ ਜੀ ਦਾ ਨਾਮ ਕੁਲਵੰਤ ਕੌਰ ਆ, ਵਾਈਫ ਆਫ ਅਮਰ ਸਿੰਘ ਆ, ਢੋਂਗੜੀ ਰੋਡ ਪੇਕੇ ਆ। ਮਾਤਾ ਦੇ ਸਹੁਰੇ ਜੰਡ ਆ। ਇਹਨਾਂ ਦੀ ਚੰਗੀ ਸਿਹਤ ਤੇ ਚੰਗੀ ਸੇਵਾ ਸੰਭਾਲ ਲਈ ਮਨੁੱਖਤਾ ਦੀ ਟੀਮ, ਪਰਿਵਾਰ ਦੀ ਟੀਮ ਇਹਨਾਂ ਨੂੰ ਮੌਕੇ ਤੇ ਮੌਜੂਦ ਪੰਚ, ਸਰਪੰਚ, ਮੋਹਤਵਾਰ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਣੀ ਸੰਸਥਾ ਪਿੰਡ ਹਸਨਪੁਰ ਲੁਧਿਆਣਾ ਵਿਖੇ ਲੈ ਕੇ ਜਾ ਰਹੀ ਆ। ਕਿਉਂਕਿ ਜ਼ਿਆਦਾਤਰ ਬੰਦੇ ਕਈ ਵਾਰੀ ਪਿੰਡਾਂ 'ਚੋਂ ਜਾ ਕੇ ਤੋਂ ਲੈ ਕੇ ਆਈਦੇ, ਉੱਥੇ ਪੰਚਾਇਤ ਹੁੰਦੀ ਹੈ ਜਾਂ ਕਿਵੇਂ ਆ, ਇੱਥੇ ਆ ਪੰਚਾਇਤ ਹੀ ਖੜੀ ਹੈ ਸਾਰੀ। ਅਤੇ ਛੱਲੇ ਇੱਕ ਸਪੈਸ਼ਲ ਨੋਟ ਹੁੰਦਾ ਸਾਡਾ ਵੀ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਚੱਲ ਜਾਇਦਾਦ 'ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ। ਅਸੀਂ ਸਿਰਫ ਇਹਨਾਂ ਦੀ ਸੇਵਾ ਸੰਭਾਲ ਲਈ ਲੈ ਕੇ ਜਾ ਰਹੇ ਹਾਂ। ਕਈ ਵਾਰੀ ਕਿਸੇ ਦੀ ਪਰਿਵਾਰਕ ਪ੍ਰੋਪਰਟੀ ਹੁੰਦੀ ਆ, ਜ਼ਮੀਨ ਹੁੰਦਾ, ਘਰ ਹੁੰਦਾ, ਅਸੀਂ ਆਪਣੀ ਲੈਟਰ ਪੈਡ 'ਤੇ ਲਿਖ ਕੇ ਪਹਿਲਾਂ ਸਪੈਸ਼ਲ ਨੋਟ ਦੇ ਕੇ ਜਾਂਦੇ ਹਾਂ ਵੀ ਅਸੀਂ ਉਹਨਾਂ ਦੀ ਪ੍ਰੋਪਰਟੀ ਨਹੀਂ ਕਲੇਮ ਕਰਨੀ, ਅਸੀਂ ਸਿਰਫ
महाराज कृपा करन असीं इस मां दी सेवा कर सकीए। इस तों वड्डा साडे लई होर कोई इनाम नहीं, कोई चीज नहीं होर। इत्थे ਵੀਰੇ ਸਾਇਨ ਤੁਸੀਂ ਕਰਨੇ ਆ, ਸਭ ਤੋਂ ਪਹਿਲਾਂ ਨਾਲ ਫੋਨ ਨੰਬਰ ਪਾ ਦਿਓ ਆਪਣਾ। ਬਾਕੀ ਵੀ ਸਾਰੇ ਮੈਂਬਰ ਵੀਰੇ ਸਾਇਨ ਕਰ ਦਿਓ, ਹੈ ਨਾ, ਆਪੋ ਆਪਣਾ ਨੰਬਰ ਪਾ ਦਿਓ। ਸਾਹਮਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸਕ ਗੁਰਦੁਆਰਾ ਵਾ ਜੀ, ਹਨੂੰਮਾਨ ਜੀ ਦਾ ਮੰਦਿਰ ਹੈਗਾ ਜੀ ਸਾਹਮਣੇ। ਇੱਧਰ ਹਨੂੰਮਾਨ ਜੀ ਦਾ ਮੰਦਿਰ ਆ, ਦੇਖੋ ਸਾਹਮਣੇ ਹਨੂੰਮਾਨ ਜੀ ਖੜੇ ਨੇ। ਦੇਵੀ ਤਲਾ ਮੰਦਿਰ ਬੜਾ ਮਸ਼ਹੂਰ ਆ ਵੀਰੇ ਹੁਣੀ ਕਹਿੰਦੇ। ਤੇ ਇੱਥੇ ਆ ਟੋਕੇ ਵਾਲੀਆਂ ਮਸ਼ੀਨਾਂ ਲੱਗੀਆਂ, ਇੱਥੇ ਲੋਕ ਆਉਂਦੇ ਨੇ, ਕੋਈ 500 ਦੇ ਪੱਠੇ ਲੈ ਕੇ ਗਊਆਂ ਨੂੰ ਪਾ ਕੇ ਜਾਂਦਾ, ਕੋਈ 5000 ਦੇ ਲੈ ਕੇ ਪਾ ਕੇ ਜਾਂਦਾ। ਯਾਨੀ ਕਿ ਜਾਨਵਰਾਂ ਨੂੰ ਵੀ ਗਊਆਂ ਨੂੰ ਵੀ ਆਪਾਂ ਮਾਤਾ ਸਮਝਦੇ ਹਾਂ, ਉਹਦੀ ਵੀ ਸੇਵਾ ਕਰਦੇ ਹਾਂ। ਤੇ ਗਊ ਮਾਤਾ ਦੀ ਅਸੀਂ ਸੇਵਾ ਕਰਦੇ ਹਾਂ, ਉਹਨੂੰ ਪੱਠੇ ਪਾ ਕੇ ਜਾਂਦੇ ਹਾਂ ਰੋਜ਼। ਤੇ ਆਹ ਸਾਡੀ ਇੱਕ ਮਾਤਾ ਖੁਦ ਇਨਸਾਨੀ ਸਰੀਰ ਦੇ ਵਿੱਚ ਮਾਂ, ਇਹ ਇੱਥੇ ਪਿਸ਼ਾਬ ਪੀ ਜਾਂਦੀ ਹੈ, ਇੱਥੇ ਲੋਕਾਂ ਦਾ ਬਾਥਰੂਮ ਕੀਤਾ ਹੋਇਆ, ਇਹਨੂੰ ਪਾਣੀ 'ਚ ਪਾ ਪਾ ਕੇ ਪਿਆਈ ਜਾਂਦੇ ਲੋਕ। ਇਹ ਇੱਥੇ ਟੋਇਲਟ ਨਾਲ ਭਰੀ ਹੋਈ, ਇਹ ਬੀਹੀ ਦੇ ਵਿੱਚ ਗੰਦ ਨਾਲ ਭਰੀ ਹੋਈ, ਇਸ ਗਲੀ ਦੇ ਵਿੱਚ ਮਾਂ ਰਹਿੰਦੀ ਆ। ਇਹਨੂੰ ਵੀ ਇੱਥੋਂ ਭਜਾਉਣ ਦੀਆਂ ਇੱਥੋਂ ਗਾਲਾਂ ਕੱਢੀਆਂ ਜਾ ਰਹੀਆਂ, ਇਹਨੂੰ ਡਰਾਇਆ ਜਾ ਰਿਹਾ, ਇਹਦੇ ਨਾਲ ਦੁਰਾਚਾਰ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਬੁੱਢੇ ਬਾਰੇ। ਤੇ ਅਸੀਂ ਗਊ ਨੂੰ ਤਾਂ ਮਾਤਾ ਮੰਨ ਕੇ ਉਹਦੀ ਸੇਵਾ ਕਰਦੇ ਹਾਂ, ਪਰ ਜਿਹੜੀ ਸਾਡੀ ਮਾਂ ਵਰਗੀ ਇੱਕ ਮਾਂ ਸੜਕ ਤੇ ਬੈਠੀ ਆ, ਤੇ ਉਹਦੇ ਵੱਲ ਅਸੀਂ ਸਵੱਲੀ ਨਿਗਾਹ ਮਾਰਦੇ ਨੀ, ਉਹਦੇ ਵੱਲ ਅਸੀਂ ਦੇਖਦੇ ਨੀ। ਕਿੱਦਾਂ ਦਾ ਸਮਾਜ ਹੋ ਗਿਆ ਸਾਡਾ, ਇਨਸਾਨ ਭਾਈ ਚੰਦ ਤੇ ਪਹੁੰਚ ਗਿਆ ਪਰ ਜ਼ਮੀਨ ਤੋਂ ਹੈ ਨੀ, ਹੁਣ ਜ਼ਮੀਨ ਤੋਂ ਖਤਮ ਹੋ ਗਿਆ ਇਨਸਾਨ। ਇਨਸਾਨੀਅਤ ਵੀ ਸ਼ਾਇਦ ਚੰਦ ਤੇ ਚਲੇ ਗਈ ਆ, ਜ਼ਮੀਨ ਤੇ ਨੀ ਇਨਸਾਨੀਅਤ ਰਹੀ, ਹੁਣ ਇਨਸਾਨੀਅਤ ਮਰ ਚੁੱਕੀ ਹੈ ਸਾਡੇ 'ਚ। ਕਿੰਨੇ ਲੋਕ ਨੇ ਇੱਥੇ ਜਿਹੜੇ ਆਲੇ ਦੁਆਲੇ ਹਰ ਰੋਜ਼ ਵਿਚਰਦੇ ਨੇ, ਹਰ ਰੋਜ਼ ਇਸ ਗਲੀ ਦੇ ਵਿੱਚ ਫੈਕਟਰੀ ਮਾਲਕ ਆ, ਬੈਂਕ ਮੁਲਾਜ਼ਮ ਕਿੰਨੇ ਆਉਂਦੇ ਨੇ ਸਾਰੇ। ਬਾਈ ਦੱਸਿਆ ਕਰੋ, ਜਿਵੇਂ ਏਦਾਂ ਦਾ ਕੇਸ ਆ ਜਿਵੇਂ ਕੋਈ ਬਲਾਇੰਡ ਆ, ਇਸ ਤੋਂ ਵੱਧ ਲੋੜਵੰਦ ਕੀ ਆ? ਕੋਈ ਅਪਾਹਜ ਆ ਬਹੁਤ ਜ਼ਿਆਦਾ ਜਿਹੜਾ ਤੜਫ ਰਿਹਾ, ਤਾਂ ਵਿਚਾਰੀ ਕਹੀ ਜਾਂਦੀ ਮੈਨੂੰ ਛੱਡਿਆ, ਉਹ ਕਿਤੇ ਛੱਡਿਆ, ਕਹੀ ਤਾਂ ਹੁਣ ਅਸੀਂ ਲੁਧਿਆਣੇ ਆਏ ਸਟੇਸ਼ਨ ਤੋਂ, ਅੱਜ ਉਹ ਇੰਗਲੈਂਡ ਵਾਲੇ ਭਾਈ ਸਾਹਿਬ ਸਾਡੇ ਗਏ ਆ, ਉਹਨਾਂ ਨੂੰ ਚੜਾ ਕੇ ਆਏ ਸਟੇਸ਼ਨ ਤੋਂ। ਹੁਣ ਉੱਥੇ ਇੱਕ ਬੰਦਾ ਬੈਠਾ, ਉਹਦੀ ਲੱਤਾਂ ਵੱਡੀਆਂ ਹੋਈਆਂ ਦੋਨੇ, ਤੇ ਪਿਆ ਠੰਡ ਦੇ ਵਿੱਚ ਪੂਰੀ ਲਈ ਉੱਤੇ ਚਾਦਰ ਜੀ, ਤੇ ਮੈਂ ਉਹਨੂੰ ਬਥੇਰਾ ਕਿਹਾ, ਮੈਂ ਤੂੰ ਨਾਲ ਚੱਲ ਸਾਡੇ ਇੱਥੇ ਮਰਦਾ ਠੰਡ 'ਚ, ਕਹਿੰਦਾ ਨਹੀਂ। ਉਹ ਮੁਰਗੇ ਨਾਲ ਰੋਟੀ ਖਾਂਦਾ, ਸ਼ਾਮ ਨੂੰ ਪੈਗ ਲਾਉਂਦਾ, ਪੈਸੇ ਮੰਗ ਕੇ ਲੋਕਾਂ ਤੋਂ ਲੱਤਾਂ ਦਿਖਾ ਕੇ ਵੱਢੀਆਂ ਹੋਈਆਂ, ਉਹ ਜਾਣੇ ਨਹੀਂ ਚਾਹੁੰਦਾ। ਤੇ ਹੁਣ ਜਿਹੜਾ ਹਾਂ, ਹੁਣ ਇਹ ਤਾਂ ਵਿਚਾਰੀ ਆਪ ਕਹੀ ਜਾਂਦੀ ਆ ਮੈਨੂੰ ਭੇਜ ਦਿਓ, ਹੁਣ ਸਾਨੂੰ ਵੀ ਆਇਆਂ ਨੂੰ ਇਹੀ ਕਹੀ ਜਾਂਦੀ ਆ ਵੀ ਪੁੱਤ ਮੈਨੂੰ ਸੇਵਾ ਵਾਲਿਆਂ ਦੇ ਭੇਜ ਦਿਓ ਕਿਸੇ ਦੇ, ਮੈਨੂੰ ਸੇਵਾ ਵਾਲਿਆਂ ਦੇ ਭੇਜ ਦਿਓ ਕਿਸੇ ਦੇ। ਨਰਕ 'ਚ ਰਹਿੰਦੇ ਉੱਥੇ ਅੱਗੇ ਸਵਰਗਾਂ 'ਚ ਵਾਸ ਕਰੇਗੀ, ਕੋਈ ਜਿਹੜਾ ਮਸਲਾ ਹੱਲ ਹੋਏਗਾ ਕਿਤੇ ਨਾ ਕਿਤੇ ਆਪਣੇ ਸੈੱਟ ਹੋ ਜਾਏਗੀ। ਚੱਲੀਏ ਬੇਬੇ, ਚਾਹ ਪੀ ਲਈ ਤੂੰ? ਠੰਡ ਲੱਗਦੀ ਬੇਬੇ ਨੂੰ, ਗੱਡੀ 'ਚ ਬਹਿਣਾ ਮੈਂ, ਗੱਡੀ ਵਾਲੇ ਆ ਲੈ ਚਾਬੀ। ਆਹ ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਨੇ ਬਾਈ? ਮੜੇ ਆਪ ਸੁੱਚੇ ਕਰਾਈ ਆ ਵੀਰੇ, ਚੱਕ ਆਪ ਚੱਕ ਦਮਨ ਉੱਪਰੋਂ। ਬੇਬੇ ਨੂੰ ਜੂਠੇ ਹੱਥੀ ਨੀ ਹੱਥ ਲਾਉਣੇ ਆਪਾਂ। ਧੰਨਵਾਦ ਵੀਰੇ, ਧੰਨਵਾਦ। ਚੱਲੀਏ ਮਾਂ, ਚੱਲ ਮੇਰੀ ਮਾਂ, ਉੱਠ ਮੇਰੀ ਮਾਂ। ਦੇਖੋ ਬੇਬੇ ਦੇ ਹੱਥ ਦੇਖੋ ਜੀ, ਕਿੱਡੇ ਕਿੱਡੇ ਨਾ ਹੋਏ ਪਏ ਆ ਵਿਚਾਰੀ ਦੇ, ਜਿਹੜੀ ਕਿਤੇ ਸ਼ਕੀਨੀ ਲਾ ਕੇ ਘੁੰਮਦੀ ਸੀ ਸਾਡੀ ਬੇਬੇ। ਹੈ ਬੇਬੇ, ਮਾੜੇ ਕੱਪੜੇ ਨਹੀਂ ਪਾਏ ਕਿਤੇ, ਮਾੜੇ ਕੱਪੜੇ ਨਹੀਂ ਸੀ ਪਾਏ ਕਦੇ, ਮਾਂ ਕਹਿੰਦੀ ਮਿੱਟੀ ਨਹੀਂ ਲੱਗਣ ਦਿੰਦੀ ਸੀ ਬੇਬੇ ਸਰੀਰ ਨੂੰ, ਤੇ ਅੱਜ ਸੜਕਾਂ ਤੇ ਰੁਲਦੀ ਆ। ਅੱਜ ਭਜਨੋ ਉੱਪਰ ਵੱਲ ਨੂੰ ਹੱਥ ਕਰਕੇ ਕਹਿ ਰਹੀ ਹੈ, ਮੈਨੂੰ ਚੱਕ ਲਾ ਰੱਬਾ, ਮੈਨੂੰ ਚੱਕ ਲਾ, ਕੋਈ ਹੋਰ ਤਾਂ ਨਹੀਂ ਚੱਕਣ ਆਉਂਦਾ, ਤੂੰ ਹੀ ਚੱਕ ਲਾ। ਹੋ ਵਾਹਿਗੁਰੂ ਜੀ, ਹਾਂ ਦਿੰਦੇ ਆ ਵੀਰ, ਮੈਂ ਵਿੱਚ ਬੈਠ ਜਾ, ਉੱਥੇ ਬੁੱਕਲ ਮਰਵਾ ਦਿੰਦੇ ਹਾਂ ਵਿੱਚ ਬਿਠਾ ਕੇ ਨਾ ਕੰਬਲ ਦੀ, ਫਿਰ ਬੁੱਕਲ ਮਾਰ ਲਿਓ ਸੱਤੂ ਹੋ ਪਾਸੇ ਨੂੰ, ਬੈਠੋ ਮਾਂ।
ਗਾਂਹ ਹੋ ਜਾਵਾਂ ਹਾਂ ਚੱਕ ਕੇ ਬਿਠਾਉਣਾ ਪੈਣਾ ਘੁੰਮ ਜਾ ਬਿਠਾ ਕੇ ਨਾ ਇੱਧਰ ਪੈਰ ਬੂਟ ਲਾ ਲਈ ਬਿਠਾ ਲਈ ਹਾਂ ਖੜ ਜਾਵਾਂ ਬੂਟ ਲਾ ਲੈਣ ਦੇ ਬੂਟ ਬਾਹਲੇ ਗੰਦੇ ਆਵਾਂ ਘੁੰਮ ਜਾਵਾਂ ਅੰਦਰ ਨੂੰ ਕਰ ਲਾ ਪੈਰ ਐ ਕੰਬਲ ਦੀ ਬੁੱਕਲ ਮਾਰ ਲਾ ਬੇਬੇ ਠੀਕ ਆ ਮਾਂ ਹੁਣ ਤਾਂ ਨਹੀਂ ਲੱਗਦੀ ਠੰਡ ਕੁੜੇ ਭਜਨੋ ਤੈਨੂੰ ਠੰਡ ਲੱਗਣ ਦਿੰਨੇ ਆ ਅਸੀਂ ਹੁਣ ਤਾਂ ਤੂੰ ਉੱਥੇ ਭਜਨੋ ਭਜਨੋ ਹੀ ਹੋਇਆ ਕਰਨੀ ਆ ਕਿ ਜਗਿੰਦਰੋ ਬੈਠੀ ਆ ਉੱਥੇ ਤੇਰੇ ਅਰਗੀ ਉਹ ਬੇਬੇ ਨਾ ਜਗਿੰਦਰੋ ਸੀ ਹੈਗਾ ਵਾ ਉਹ ਅੱਖਾਂ ਤੋਂ ਅੰਨੀ ਸੀ ਮਾਂ ਅੱਜ ਉਹਨੂੰ ਦੋਨੇ ਅੱਖਾਂ ਤੋਂ ਦਿਖਣ ਲੱਗ ਗਿਆ ਤੈਨੂੰ ਮਿਲਾਉਣੇ ਆ ਉੱਥੇ ਜਗਿੰਦਰ ਕੌਰ ਨੂੰ ਚੱਲ ਕੇ ਠੀਕ ਆ ਮਾਂ ਤੇਰੀ ਤਾਂ ਬਾਹਲੀ ਆੜੀ ਪੈਣੀ ਉਹਦੇ ਨਾਲ ਜਗਿੰਦਰ ਕੌਰ ਨਾਲ ਇਹ ਕੱਲ ਹੀ ਬੇਬੇ ਤੋਸ਼ੀ ਭੂਆ ਸੀ ਸਾਡੇ ਕੋਲ ਉਹ ਵੀ ਅੱਖਾਂ ਤੋਂ ਅੰਨੀ ਲਿਆਏ ਸੀ ਹੁਸ਼ਿਆਰਪੁਰ ਤੋਂ ਉਹਨੂੰ ਦਿਖਣ ਲੱਗ ਗਿਆ ਇੱਕ ਲਖੀਆ ਬੇਬੇ ਸੀ ਤੇਰੇ ਕੋਲ ਜਿੱਡੀ ਹੋਈ ਆ ਉਹਨੂੰ ਵੀ ਦਿਖਣ ਲੱਗ ਗਿਆ ਉਹ ਵੀ ਅੱਖਾਂ ਤੋਂ ਅੰਨੀ ਸੀ ਮਾਂ ਆਦਮਪੁਰ ਤੁਰ ਕੇ ਚਲੇ ਜਾਂਦੀ ਸੀ ਹੈ ਕੋਈ ਗੱਲ ਹੀ ਨੀ ਮਾਂ ਮੇਰੀ ਹੁਣ ਉੱਥੇ ਸੇਵਾ ਕਰਾਇਆ ਕਰਨੀ ਤੂੰ ਤਾਂ ਫਿਰਨਾ ਭੱਜੀ ਕਿਉਂ ਭਜਨੋ ਇਹ ਆ ਮੇਰੀ ਮਾਂ ਭਜਨੋ ਤੇ ਭਰਾਵੋ ਇਹਨਾਂ ਮਾਵਾਂ ਵੱਲ ਧਿਆਨ ਕਰਿਆ ਕਰੋ ਆਪਾਂ ਕਿਤੇ ਵੀ ਮੰਦਿਰ ਜਾਂਦੇ ਹਾਂ ਗੁਰੂ ਘਰ ਜਾਂਦੇ ਹਾਂ ਉੱਥੇ ਬੈਠੇ ਹੁੰਦੀਆਂ ਏਦਾਂ ਦੀਆਂ ਮਾਵਾਂ ਉੱਥੇ ਹੀ ਬੈਠੇ ਨੇ ਏਦਾਂ ਦੇ ਲੋਕ ਰੱਬ ਇਹਨਾਂ ਦੇ ਵਿੱਚ ਹੀ ਵੱਸਦਾ ਰੱਬ ਕਿਤੇ ਹੋਰ ਨਹੀਂ ਹੈਗਾ ਰੱਬ ਇਨਸਾਨਾਂ ਦੇ ਵਿੱਚ ਹੀ ਵੱਸਦਾ ਇੱਥੇ ਅੱਜ ਜੇ ਦਮਨ ਵੀਰ ਹੋਣਾ ਵਰਗੇ ਆ ਗੁਰਪ੍ਰੀਤ ਵੀਰੇ ਵਰਗੇ ਭੈਣ ਤੇਰਾ ਕੀ ਨਾਂ ਅਮਨਦੀਪ ਕੌਰ ਜਿਹੜੀ ਵਿਚਾਰੀ ਨੂੰ ਅਸੀਂ ਇੱਥੋਂ ਉੱਥੋਂ ਭੇਜਿਆ ਇਹ ਸਾਨੂੰ ਮੈਸੇਜ ਕਰ ਕਰਕੇ ਬਾਰ ਬਾਰ ਪੁੱਛ ਰਹੇ ਵੀਰੇ ਕਦੋਂ ਆਉਂਗੇ ਕਦੋਂ ਆਉਂਗੇ ਕਿੰਨੇ ਉਹ ਵੀਰ ਨੇ ਸਾਨੂੰ ਮੈਸੇਜ ਕੀਤੇ ਹਰਜੀਤ ਸਿੰਘ ਨੇ 11 ਜਨਵਰੀ ਨੂੰ ਪਹਿਲੀ ਵੀਡੀਓ ਭੇਜੀ ਸੀ ਜੀ ਉਹਨੇ ਸਾਨੂੰ ਅੱਜ 22 ਜਨਵਰੀ ਹੋ ਗਈ 11 ਦਿਨ ਹੋ ਗਏ ਸਾਡੇ ਤੋਂ ਆ ਨਹੀਂ ਹੋਇਆ ਤੁਸੀਂ ਵੀ ਜਾਣਦੇ ਹੋ ਸਾਡੇ ਰੁਝੇਵੇਂ ਕਿੱਦਾਂ ਦੇ ਆ ਹਰ ਰੋਜ਼ ਵਾਂਗੂ ਪ੍ਰੋਗਰਾਮ ਬਣਦਾ ਸੀ ਵੀ ਜਾ ਕੇ ਆਉਣਾ ਜਲੰਧਰ ਜਾ ਕੇ ਆਉਣਾ ਅੱਜ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਅਸੀਂ ਤੜਕਿਓਂ 5 ਵਜੇ ਉੱਠ ਕੇ ਭੁਪਿੰਦਰਪਾਲ ਜੀ ਨੇ ਜਿਹੜੇ ਸਾਡੇ ਕੋਲ ਆਏ ਹੋਏ ਸੀਗੇ ਸੇਵਾ ਕਰਾਉਣ ਬਾਈ ਬਾਹਰੋਂ ਉਹਨਾਂ ਨੂੰ ਟ੍ਰੇਨ ਚੜਾਉਣਾ ਸੀ ਉਹਨਾਂ ਨੇ ਜਾਣਾ ਸੀ ਦਿੱਲੀ ਨੂੰ ਸੱਚਖੰਡ ਸਾਹਿਬ ਵਾਲੀ ਟ੍ਰੇਨ 'ਚ ਗਏ ਆ ਉੱਥੋਂ ਟ੍ਰੇਨ ਚੜਾ ਕੇ ਜਦੋਂ ਵਿਹਲੇ ਹੋਏ ਉੱਥੋਂ ਬਾਹਰ ਨਿਕਲੇ ਬਾਪੂ ਜੀ ਨੂੰ ਲੱਭਦੇ ਸੀ ਇੱਕ ਬਾਪੂ ਨੰਗੇ ਪੈਰੀਓਂ ਘੁੰਮਦਾ ਸੀ ਜਦੋਂ ਅੰਦਰ ਗਏ ਸੀ ਉਦੋਂ ਦਿਖਿਆ ਸੀ ਬਾਅਦ 'ਚ ਲੱਭਿਆ ਨਹੀਂ ਸਾਨੂੰ ਉਹ ਉੱਥੋਂ ਨਿਕਲ ਕੇ ਬਾਹਰ ਸਤਨਾਮ ਸਿੰਘ ਕਹਿੰਦਾ ਬਾਈ ਜਲੰਧਰ ਜਾ ਆਈਏ ਮਾਤਾ ਬੈਠੀ ਉੱਥੇ ਜਿਹੜੀ ਦੁਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਅਸੀਂ ਯੂ ਟਰਨ ਲਿਆ ਜੀ ਗੱਡੀ ਸਿੱਧੀ ਇੱਧਰ ਨੂੰ ਲੈ ਆਏ ਪਿੱਛੇ ਹੋਏ ਸਾਨੂੰ ਫੋਨ ਆਈ ਜਾਂਦੇ ਆ ਵੀ ਤੁਸੀਂ ਕਿੱਥੇ ਚਲੇ ਗਏ ਕੰਮ ਸੀ ਕਈਆਂ ਨੂੰ ਮਿਲਣ ਨੂੰ ਸੱਦਿਆ ਹੋਇਆ ਸੀ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਭਜਨੋਂ ਬੇਬੇ ਦੀ ਸੇਵਾ ਅੱਜ ਸਾਨੂੰ ਬਖਸ਼ੀ ਸੀ ਇਹਦਾ ਲੰਗਰ ਦਾ ਪ੍ਰਸ਼ਾਦਾ ਜਿਹੜਾ ਉਹ ਸਵੇਰੇ ਜਦੋਂ ਅਸੀਂ ਤੁਰੇ ਸੀ ਨਾ ਉੱਥੋਂ ਉਦੋਂ ਹੀ ਆਟਾ ਗੁੰਨਣ ਲੱਗ ਗਏ ਸੀ ਸਾਡੇ ਟੀਮ ਦੇ ਮੈਂਬਰ ਉਦੋਂ ਹੀ ਉਹ ਮਸ਼ੀਨ 'ਚ ਆਟਾ ਪਾਈ ਜਾਂਦੇ ਸੀ ਅਤੇ ਇਹਦਾ ਆਟਾ ਤਾਂ ਉੱਥੇ ਗੁੰਨਿਆ ਗਿਆ ਸੀ ਫਿਰ ਅਸੀਂ ਕਿਵੇਂ ਨਾ ਆਉਂਦੇ ਅੱਜ ਭਜਨੋਂ ਬੇਬੇ ਨੂੰ ਲੈਣ ਇੱਥੇ ਇਸ ਕਰਕੇ ਬਹੁਤ ਧੰਨਵਾਦ ਆ ਬਾਈ ਤੁਹਾਡਾ ਸਾਰਿਆਂ ਦਾ ਹਾਂ ਬਾਈ ਕੀ ਹਾਲ ਨੇ ਹਰਜੀਤ ਸਿੰਘ ਜੀ ਲੈ ਆ ਗਏ ਬਾਈ ਜੀ ਹਾਂ ਬਾਈ ਹਰਜੀਤ ਸਿੰਘ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਇੱਦਾਂ ਦੇ ਦੇਵਤੇ ਬੰਦੇ ਦੇਖੋ ਇਹਨਾਂ ਦੇ ਵੀ ਰੱਬ ਵੱਸ ਕੇ ਮਨ ਦੇ ਵਿੱਚ ਸੇਵਾ ਕਰਾ ਰਿਹਾ ਇਹਨੂੰ ਬਾਈ ਨੂੰ ਕਿਉਂ ਦਿਸ ਗਈ ਮਾਤਾ ਹੋਰ ਕਿਸੇ ਨੂੰ ਕਿਉਂ ਨਹੀਂ ਸੀ ਪਿਛਲੇ 1.5 ਸਾਲ ਤੋਂ ਹੋਰ ਕਿਸੇ ਨੇ ਕਿਉਂ ਨਹੀਂ ਸੇਵਾ ਕਰੀ ਮਾਤਾ ਦੀ ਵੀਡੀਓ ਬਣਾ ਕੇ ਭੇਜੀ ਇਸੇ ਬੰਦੇ ਨੂੰ ਕਿਉਂ ਦਿਖੀ ਇਹ ਮਾਂ ਇਹ ਸੋਚਣ ਦੀ ਗੱਲ ਆ ਇਹ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਦਿਲ ਦੇ ਵਿੱਚ ਕਿਤੇ ਰੱਬ ਬੈਠਾ ਹਜੇ ਵੀ ਤੇ ਉਹ ਰੱਬ ਦੇ ਕਿਸੇ ਬੰਦੇ ਨੂੰ ਰੁਲਦਾ ਦੇਖ ਨਹੀਂ ਸਕਦੇ ਤੇ ਇੱਦਾਂ ਹੀ ਅੱਜ ਗੁਰੂ ਦੀ ਕਿਰਪਾ ਨਾਲ ਅਮਨ ਦੀ ਭੈਣ ਤੇ ਗੁਰਪ੍ਰੀਤ ਵੀਰਾ ਦਮਨ ਵੀਰ ਸਾਡਾ ਹਰਜੀਤ ਸਿੰਘ ਵੀਰ ਸਾਡੇ ਇਹਨਾਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਬਾਈ ਪਿੱਛੇ ਸਿਕਿਉਰਿਟੀ ਵਾਲਾ ਖੜਾ ਬਾਈ ਕਹਿੰਦਾ ਮੈਂ ਵੀ ਮਾਤਾ ਨੂੰ ਰੋਟੀ ਪਾਣੀ ਇੱਥੇ ਦੇਣ ਦੀ ਕੋਈ ਚੀਜ਼ ਦੀ ਲੋੜ ਹੁੰਦੀ ਸੀ ਮੈਂ ਧਿਆਨ ਰੱਖਦਾ ਸੀ ਮੈਂ ਸਿਕਿਉਰਿਟੀ ਤੇ ਆ ਕਹਿੰਦਾ ਇੱਥੇ ਯਾਨੀ ਕਿ ਇੱਥੇ ਹੋਰ ਬਥੇਰੇ ਚੰਗੇ ਲੋਕ ਸੀ ਉਹ ਵਾਹ ਵੀ ਵਾਹ ਕੀ ਹਾਲ ਨੇ ਠੀਕ ਠਾਕ ਹੋ ਬਾਈ ਰੰਧਾਵੇ ਵਾਲਿਓ ਠੀਕ ਹੋ ਠੀਕ ਹੈ ਇਹ ਵੀ ਸਾਡੇ ਛੋਟੇ ਭਰਾ ਟੀਮ ਦੇ ਮੈਂਬਰ ਨੇ ਗੁਰੂ ਮਹਾਰਾਜ ਦੀ ਇਹਨਾਂ 'ਤੇ ਬੜੀ ਕਿਰਪਾ ਇਹ ਵੀ ਸੇਵਾ ਕਰਦੇ ਨੇ ਆਪਣੇ
ਇਹਨਾਂ ਨੇ ਆਪਣੇ ਪਿੰਡ ਨੂੰ ਇੱਕ ਇਸ ਤਰ੍ਹਾਂ ਦਾ ਮਾਡਲ ਬਣਾਇਆ ਪੰਜਾਬ ਦੇ ਵਿੱਚ, ਆਪਦੇ ਪਿੰਡ ਤੋਂ ਸੇਵਾ ਸ਼ੁਰੂ ਕੀਤੀ। ਪਿੰਡ ਹੈਗਾ ਰੰਧਾਵਾ ਮਸਤੰਦਾ, ਤੇ ਆਪਦੇ ਪਿੰਡ ਦੇ ਵਿੱਚ ਕੋਈ ਲੋੜਵੰਦ ਹੁੰਦਾ ਉਹਦੀ ਮਦਦ ਕਰਦੇ ਆ। ਫਿਰ ਆਲੇ ਦੁਆਲੇ ਦੇ ਏਰੀਏ 'ਚ ਹੌਲੀ ਹੌਲੀ ਵੱਧ ਕੇ ਭੈਣ ਭਰਾ ਜੁੜ ਗਏ ਨੇ। ਇਲਾਜ ਕਰਾਉਣੇ, ਕਿਸੇ ਦਾ ਘਰ ਬਣਾ ਕੇ ਦੇਣਾ, ਕਿਸੇ ਨੂੰ ਰਾਸ਼ਨ ਦੇਣਾ। ਤੁਹਾਨੂੰ ਫਿਰ ਵੀਡੀਓ ਦੇਖ ਕੇ ਪਤਾ ਲੱਗ ਗਿਆ? ਹਾਂਜੀ ਵੀਰੇ। ਅੱਛਾ ਅੱਛਾ, ਮੈਂ ਤਾਂ ਇਹਨਾਂ ਨੂੰ ਦੂਰ ਹੈ ਤੁਹਾਡਾ ਘਰ ਕਿਤੇ ਪਿੰਡ ਤੋਂ? ਆਪਣਾ ਲੱਗ ਗਈ ਹੈ। ਨੇੜੀ ਪਿੰਡ ਹੈ ਤੋਂ ਪਿੰਡ? ਅੱਛਾ, ਇੱਕ ਨਾ ਬੇਬੇ ਦਾ ਪਿੰਡ ਧੂਗੜੀ ਆ, ਧੂਗੜੀ ਵੀ ਲੱਗ ਗਈ। ਹਾਂ, ਉੱਥੇ ਯਾਰ ਸੁਨੇਹਾ ਲਾਉਣਾ, ਪਤਾ ਕਰਨਾ ਇਹਦੇ ਭਰਾਵਾਂ ਦਾ ਨੰਬਰ ਲੈਣਾ। ਫਿਰ ਇਹਦੇ ਬੇਬੇ ਦੇ ਭਰਾਵਾਂ ਦਾ ਨਾਮ ਪੁੱਛੋ ਬੇਬੇ। ਬੇਬੇ ਕੀ ਨਾਮ ਆ ਭਰਾ ਦਾ? ਭਜਨ ਆ। ਕਿਹਦਾ ਨਾਂ ਜੀਤਾ, ਕਿਹਦਾ ਨਾਂ? ਬਲਵੀਰ ਮਰ ਗਿਆ। ਭਜਨ ਤੇ ਜੀਤਾ ਹੈਗੇ ਨੇ, ਭਜਨ ਜੀਤਾ ਤੇ ਬਲਵੀਰ। ਸਤਨਾਮ ਕਾਪੀ ਤੇ ਲਿਖ ਲਾ। ਤੇ ਬੇਬੇ ਉਹ ਕਿੰਨਾ ਦੇ ਵੱਜਦੇ ਆ? ਕਿੰਨਾ ਦੇ ਵੱਜਦੇ? ਪਿੰਡੋਂ ਪੁੱਛਣਾ ਹੋਵੇ ਕਿੰਨਾ ਦਾ ਲਾਣਾ ਵੱਜਦਾ? ਐਮਐਲਏ ਸੀ ਗੁਰਬਚਨ ਸਿੰਘ ਚੀਮਾ, ਉਹਨਾਂ ਨੇ ਘਰੇ ਕੰਮ ਕਰਦੇ ਸੀ ਤੁਸੀਂ? ਨਹੀਂ, ਉੱਥੇ ਪੇਕੇ ਆ ਤੇਰੇ? ਕਿੱਥੇ? ਧੂਗੜੀ? ਜੰਡ? ਨਹੀਂ, ਮੈਂ ਜੰਡ ਦੀ ਨੀ ਗੱਲ ਕਰਦਾ, ਅਸੀਂ ਧੂਗੜੀ ਦੀ ਗੱਲ ਕਰਦੇ ਆ। ਧੂਗੜੀ ਤੇਰੇ ਭਰਾ ਵਾ ਜਿਹੜੇ, ਇੱਕ ਜੀਤਾ ਵਾ, ਇੱਕ ਭਜਨਾ ਵਾ, ਤੇ ਇੱਕ ਦਾ ਨਾਂ ਹੈਗਾ ਸੀਗਾ ਮਰੀਕ, ਉਹ ਮਰ ਗਿਆ ਹੈ। ਠੀਕ ਆ ਮਾਂ, ਉਹ ਕਿੰਨਾ ਦਾ ਲਾਣਾ ਵੱਜਦਾ ਤੁਹਾਡਾ ਧੂਗੜੀ? ਧੂਗੜੀ ਜੇ ਪੁੱਛਣਾ ਹੋਵੇ ਜਾ ਕੇ? ਨਹੀਂ ਰਹਿੰਦੇ ਸੀ, ਨੀ ਜਿੱਥੇ ਤੇਰੇ ਭਰਾ ਰਹਿੰਦੇ ਆ ਉਹਨਾਂ ਦੀ ਗੱਲ ਕਰਦਾ ਮੈਂ। ਨਹੀਂ ਮਾਂ, ਇੱਕ ਵਾਰੀ ਸੁਨੇਹਾ ਹੀ ਲਾਉਣਾ। ਠੀਕ ਆ ਮਾਂ, ਚੱਲ ਤੇਰੀ ਕੁੜੀ ਵੀ ਹੈਗੀ ਆ? ਚਲੋ, ਮਾਤਾ ਜੀ ਦਾ ਨਾਂ ਕੁਲਵੰਤ ਕੌਰ, ਭਜਨੋ ਆ ਛੋਟਾ ਨਾਮ, ਹੁਣ ਪੂਰਾ ਨਾਂ ਕੁਲਵੰਤ ਕੌਰ ਆ। ਜਲਾਹਾ, ਜਲਾਇਆ ਦੀ ਫੈਮਿਲੀ ਹੈ, ਕਬੀਰ ਜੀ ਦੇ ਪਰਿਵਾਰ ਚ, ਭਗਤ ਕਬੀਰ ਜੀ ਦੇ ਪਰਿਵਾਰ ਚੋਂ ਨੇ, ਉਹਨਾਂ ਦੀ ਵੰਸ਼ ਚੋਂ ਨੇ। ਭਰਾਵਾਂ ਦੇ ਨਾਂ ਲਿਖ ਲਏ, ਜੀਤਾ ਕਿਹਦਾ ਨਾਂ, ਭਜਨਾ ਕਿਹਦਾ ਨਾਮ, ਤੇ ਜਿੱਥੇ ਰਹਿੰਦੇ ਸੀ ਮਾਂ ਉਹ ਜਿੱਥੇ ਤੁਸੀਂ ਰਹਿੰਦੇ ਸੀ ਜੰਡ ਪਿੰਡ, ਉਹ ਕੌਣ ਸੀ ਸਰਦਾਰ? ਗੁਰਬਚਨ ਸਿੰਘ ਚੀਮਾ। ਉਹ ਐਮਐਲਏ ਸੀਗੇ? ਮਾਰੀ ਟੋਨ ਜਲੰਧਰ ਰਹਿੰਦੇ ਆ। ਬੱਗੂ ਕੀ ਨਾਂ ਉਹਨਾਂ ਦਾ? ਮਨਿੰਦਰ ਸਿੰਘ ਬੱਗੂ। ਇੰਨਾ ਪਿਆਰ ਕਰਦਾ ਤੈਨੂੰ ਮਨਿੰਦਰ ਸਿੰਘ ਬੱਗੂ? ਮਨਿੰਦਰ ਵੱਡਾ। ਕਿੰਨੇ ਭਰਾ ਸੀ ਉਹ? ਤਿੰਨ ਭਰਾ। ਕੀ ਨਾਂ? ਇੱਕ ਦਾ ਨਾਂ ਬੱਗੂ, ਇੱਕ ਦਾ ਨਾਂ ਮਨਿੰਦਰ, ਇੱਕ ਦਾ ਨਾਂ ਭੁਪਿੰਦਰ। ਤੁਹਾਡੇ ਘਰ ਹੀ ਭਰਿਆ ਭੁਪਿੰਦਰ ਛੋਟਾ ਬੱਗੂ? ਤੇ ਮਾਂ ਉਹ ਸਰਦਾਰਾਂ ਦੇ ਪੁੱਤ ਸੀਗੇ ਜਿਨ੍ਹਾਂ ਦੇ ਘਰੇ ਰਹਿੰਦੇ ਤੁਸੀਂ? ਚਲੋ ਕੋਈ ਨਾ, ਆਪਾਂ ਉਹਨਾਂ ਦਾ ਘਰ ਲੱਭਾਂਗੇ ਮਾਂ, ਪਤਾ ਕਰ ਲੈਣਾ ਆਪਾਂ। ਕੋਈ ਨਾ, ਇਹ ਚੀਮੇ ਸਰਦਾਰ ਵੱਜਦੇ ਸੀ ਹੈ ਜੀ ਜੰਡ ਪਿੰਡ ਤੋਂ। ਨਹੀਂ ਚੱਲ, ਪਤਾ ਤਾਂ ਲੱਗ ਜਾਵੇ, ਤੈਨੂੰ ਮਿਲ ਜਾਣਗੇ, ਹੌਸਲਾ ਹੀ ਹੋ ਜਾਂਦਾ। ਚਲੋ ਬੇਬੇ ਅੱਕੀ ਪਈ ਆ ਭਾਈ ਸਾਰਿਆਂ ਤੋਂ ਹੀ। ਸਾਡੀ ਵੀਡੀਓ ਲੰਬੀ ਚਲੇ ਜਾਂਦੀ ਜੀ, ਜਵਾਤੀ ਬੰਦਿਆਂ ਤੋਂ ਘੰਟਾ ਘੰਟਾ ਨਿਕਲ ਜਾਂਦਾ ਇੱਦਾਂ ਗੱਲਾਂ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ, ਸ਼ਾਇਦ ਕੋਈ ਹੋਰ ਮਾਂ, ਕੋਈ ਹੋਰ ਬਾਪੂ, ਕੋਈ ਹੋਰ ਭੈਣ, ਹੋਰ ਕੋਈ ਵੀਰ ਸਾਡਾ ਸਾਡੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਸਕੇ।
ਧੰਨਵਾਦ ਅਮਨ ਤੇਰਾ ਬਹੁਤ ਬਹੁਤ ਛੱਡ ਵੀ ਠੀਕ ਆ ਹਰਜੀਤ ਬਾਈ ਤੁਹਾਡਾ ਬਹੁਤ ਧੰਨਵਾਦ ਜੀ ਚੰਗਾ ਵੀ ਗੁਰਪ੍ਰੀਤ ਸਿੰਘ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਨਾ 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 ਭਰਾਵਾ ਚੰਗਾ ਭੈਣੇ ਜਿਉਣ ਦੀ ਬਾਤ ਦੀ ਰਹਿ ਠੀਕ ਆ ਫਿਰ ਸੁਖਾ ਸਿੰਘ ਜੀ ਹਾਂ ਨਹੀਂ ਨਹੀਂ ਅਸੀਂ ਜਾਣਾ ਜਲਦੀ ਜਲਦੀ ਜਾਣਾ ਫਿਰ ਆਵਾਂਗੇ ਤੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਹਾਂ